हेलो नमस्ते आदाब सत श्री अकाल दोस्तों, मैं जी तुहाड़ा सारिआं दा साहिल विडोलिया ते लैके हाजर हां जी साडे पंजाबीआं दा चटकीला धमाकेदार चटपटा शो नाम जिसका पीटीसी पंजाबी प्रेजेंट्स पंजाब दे सुपर शेफ साडे कुकिंग ऑयल पार्टनर गगन कुकिंग ऑयल, जहां गगन वहां जशन, जहां जशन वहां गगन। डिश वॉशिंग पार्टनर ने विम लिक्विड जल, सिर्फ एक चम्मच घोलो और एक टाइम के सारे बर्तन धो लो। डेजर्ट पार्टनर ने शुगर फ्री नेचुरा, मीठा भी डाइट भी। हेल्थ पार्टनर ने एक्वा गार्ड, पानी का डॉक्टर। स्पाइस पार्टनर ने महक मसाले, सुगंध और स्वाद वाले मसाले, महक मसाले। स्नैक्स पार्टनर ने मैकेन फूड स्माइली, टेस्ट का नया मैजिक। जी हाँ दोस्तों, असी पहुंच गए जी शहर अमृतसर दे विच, जिथे असी जावांगे जी एक कंटेस्टेंट दे घर, जिथे असी पहुंचा। ओए होए 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 सर, मेरा बड़े सरप्राइज, बड़े सरप्राइज। मतलब मैं सड़क ते खड़ा, तुसी मेरा पीछा करदे करदे आ गए। इस तरह की हमेशा तुसी कल्ले चले जांदे हो। अच्छा जी, मेनू पिछो पिछो साथ दियो। खैर की आपां दोनों नाल जावांगे। वड़ जाओ जी अंदर। ਬਲਜੀਤ ਕੌਰ, ਮੈਂ ਅੰਮ੍ਰਿਤਸਰ 'ਚ ਰਹਿੰਦੀ ਹਾਂ। ਮੈਂ ਆਪਣੇ ਹਸਬੈਂਡ ਸੁਰਿੰਦਰ ਸਿੰਘ ਅਤੇ 3 ਬੱਚਿਆਂ ਨਾਲ ਰਹਿ ਰਹੀ ਹਾਂ, ਔਰ ਮੈਂ ਕੁਕਿੰਗ ਕਲਾਸਿਸ ਵੀ ਲੈਂਦੀ ਹਾਂ। ਮੈਂ ਕਾਫੀ ਯੰਗ ਏਜ ਵਿੱਚ ਮੇਰੇ ਮੰਮਾ ਮੈਨੂੰ ਕੁਕਿੰਗ ਸਿਖਾਉਂਦੇ ਸੀਗੇ, ਉਸ ਤੋਂ ਬਾਅਦ ਮੇਰੇ ਪਾਪਾ ਨੇ ਮੈਨੂੰ ਸਿਖਾਇਆ ਕਿ ਐਡਵਾਂਸ ਕੁਕਿੰਗ ਕਿਵੇਂ ਕੀਤੀ ਜਾਂਦੀ ਆ, ਔਰ ਮੈਂ ਅੱਜ ਬਹੁਤ ਵਧੀਆ ਕੁਕਿੰਗ ਕਰਦੀ ਹਾਂ ਅਤੇ ਕਲਾਸਿਸ ਵੀ ਲੈਂਦੀ ਹਾਂ। ਔਰ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਕੁਕਿੰਗ ਦੇ ਸਕਿੱਲਸ ਸਾਰੀ ਦੁਨੀਆ ਨੂੰ ਸ਼ੋਅ ਕਰਾਂ, ਔਰ ਇਹ ਉਪਰਾਲਾ ਕੀਤਾ ਹੈ PTC ਪੰਜਾਬੀ ਦੇ ਸ਼ੋਅ ਪੰਜਾਬ ਦੇ ਸੁਪਰ ਸ਼ੈਫ ਨੇ। ਉਸ ਦੇ ਵਿੱਚ ਮੈਂ ਆਪਣੀ ਰੈਸਿਪੀ ਸੈਂਡ ਕੀਤੀ ਸੀ ਜੋ ਕਿ ਉਹਨਾਂ ਨੇ ਸਿਲੈਕਟ ਕਰ ਲਿਆ, ਔਰ ਅੱਜ ਸ਼ੈਫ ਹਰਪਾਲ ਮੇਰੇ ਘਰ ਆ ਰਹੇ ਨੇ, ਔਰ ਮੈਂ ਬਹੁਤ ਐਕਸਾਈਟਿਡ ਵੀ ਹਾਂ ਅਤੇ ਨਰਵਸ ਵੀ ਹਾਂ ਕਿ ਮੈਂ ਆਪਣੀ ਰੈਸਿਪੀਜ਼ ਨਾਲ ਸ਼ੈਫ ਨੂੰ ਮੈਂ ਇੰਪ੍ਰੈਸ ਕਰ ਪਾਵਾਂਗੀ ਜਾਂ ਨਹੀਂ। ਮੇਰੀ ਖੁਸ਼ੀ ਦਾ ਠਿਕਾਣਾ ਨਹੀਂ, ਕਿਉਂ ਕਿਉਂਕਿ ਮੈਂ ਡ੍ਰੀਮ ਦੇਖਦੀ ਹੁੰਦੀ ਸੀ ਕਿ ਸ਼ੈਫ ਹਰਪਾਲ ਨਾਲ ਮੈਂ ਕੁਛ ਨਾ ਕੁਛ ਰੈਸਿਪੀ ਆਪਣੀ ਸ਼ੇਅਰ ਕਰਨੀ ਆ, ਔਰ ਉਹ ਡ੍ਰੀਮ ਮੈਨੂੰ ਨਹੀਂ ਪਤਾ ਸੀ ਕਿ ਰੱਬ ਨੇ ਇੰਨੀ ਜਲਦੀ ਪੂਰੀ ਕਰ ਦੇਣੀ। ਬਸ ਜੀ, ਬਸ ਬਹੁਤ ਵਧੀਆ ਜੀ। ਇਹ ਫੋਰਮੈਟ ਹੀ ਅਸੀਂ ਇਸ ਤਰ੍ਹਾਂ ਦਾ ਚੁਣਿਆ ਬਲਜੀਤ ਜੀ, ਕਿ ਬੜੇ ਸਾਰੇ ਸ਼ੋਅ ਕੀਤੇ ਅਸੀਂ ਟੈਲੀਵਿਜ਼ਨ 'ਚ, ਸਭ ਕੁਛ ਮਤਲਬ ਸਟੂਡੀਓ 'ਚ ਹੁੰਦਾ ਸੀ ਪੜ੍ਹਾਈ। ਅਸੀਂ ਸੋਚਿਆ PTC ਵਾਸਤੇ ਕਰਾਂਗੇ, ਘਰ ਘਰ ਜਾ ਕੇ ਦੇਖਾਂਗੇ, ਕਿਉਂਕਿ ਪੰਜਾਬ ਦਾ ਸਵਾਦ ਬਿਲਕੁਲ ਘਰਾਂ 'ਚ ਵਸਿਆ ਜੀ। ਬਿਲਕੁਲ ਵੱਡੀ ਬੇਟੀ ਰੁਪਿੰਦਰ ਕੌਰ, ਛੋਟੀ ਬੇਟੀ ਆ ਇਸ਼ਮੀਤ ਕੌਰ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਸੋ ਬੜਾ ਹੀ ਪਿਆਰਾ ਜਿਹਾ ਪਰਿਵਾਰ ਹੈ। ਇਸ਼ਮੀਤ ਦਾ ਤਾਂ ਨਾਂ ਸ਼ਰਮੀਤ ਹੋਣਾ ਚਾਹੀਦਾ ਸੀ। ਸਾਹਿਲ ਜੀ, ਅਸੀਂ ਗੱਲਾਂ ਕਰੀ ਜਾ ਰਹੇ ਹਾਂ ਤੇ ਸਰ ਨੂੰ ਚਾਹ, ਮੈਂ ਨਾਸ਼ਤਾ ਬਣਾਇਆ ਹੈ, ਚਾਹ ਬਣਾਈ ਆ। ਬੱਚੇ ਜਾਓ, ਸਰ ਲਈ ਚਾਹ ਲੈ ਕੇ ਆਓ। ਬਹੁਤ ਵਧੀਆ ਬੇਟਾ, ਇੱਕ ਹੀ ਕੱਪ ਲੈ ਕੇ ਆਈਓ, ਬਸ ਜ਼ਿਆਦਾ ਇੱਕ ਹੀ ਲੈ ਕੇ ਆਈਓ, ਰਹਿਣ ਦੀ ਮੇਰੇ ਲਈ ਨਾ ਲੈ ਕੇ ਆਈਓ। ਨਹੀਂ ਨਹੀਂ, ਤੁਹਾਨੂੰ ਵੀ ਪਿਲਾਵਾਂਗੇ, ਬਿਲਕੁਲ ਤੁਹਾਨੂੰ ਬਾਅਦ ਚ ਪਿਲਾਉਣਗੇ।
एक काम करते हैं, चाह तो आ जाएगी, साहिल भाई पीन गए, बाकी सारे पीन गए, आप दोवें ना किचन जाके काम कर दे, साडा इंतजार से किचन करता है क्योंकि असी तो किचन वाले बंदे। चलिए जी असी, हेलो जी, चाह तो देखते देखते आ ही गई है। वाह जी वाह, क्या बात है जी, चाह भी आ गई है। बिल्कुल, लो जी फिर चखो चाह। चाह पी लिए जी? हाँ जी। हेलो जी, हेलो जी, नाल ਤੁਹਾਡੇ ਵਾਸਤੇ ਅਸੀਂ ਮਕੇਨ ਦੀਆਂ ਸਮਾਈਲੀਜ਼ ਬਣਾਈਆਂ। ਇਹ ਜੀ ਅਸੀਂ ਨਾ ਕੁਝ ਕਰਾਂਗੇ ਇਹਦੇ ਨਾਲ, ਸਮਾਈਲੀ ਹੱਸਦੇ ਹੱਸਦੇ ਪਕਾਵਾਂਗੇ। ਇਹ ਬੱਚਿਆਂ ਵਾਸਤੇ ਛੱਡ ਦੇਣਾ ਮੈਂ, ਇਹ ਬੱਚੇ ਖਾਣਗੇ ਤੇ ਇਹ ਜਿਹੜਾ ਸਾਡਾ ਸੀਨੀਅਰ ਬੱਚਾ ਹੈ ਇਹ ਸਾਰੇ ਨੂੰ ਹਸਾਏਗਾ। ਇਹ ਸਾਹਿਲ ਜੀ ਖਾਣਗੇ। ਬਿਲਕੁਲ ਠੀਕ ਹੈ ਜੀ, ਪੱਕਾ ਤੇ ਕੰਮ ਕਰਦੇ ਆ। ਮੈਂ ਚਾਹ ਦਾ ਕੱਪ ਲੈਣਾ ਤੇ ਨਾਲ ਨਾਲ ਕਿਚਨ 'ਚ। ਬਿਲਕੁਲ ਸਰ, ਚਲਿਏ ਚਲਿਏ ਜੀ, ਚਲੋ ਜੀ, ਆਓ ਜੀ। ਫਟਾਫਟ ਇਹਦੇ ਵਾਸਤੇ ਸਾਨੂੰ ਕੋਲੀਫਲਾਵਰ, ਇਹਨੂੰ ਕੋਲੀਫਲਾਵਰ ਨੂੰ ਗ੍ਰੇਟ ਕਰ ਲੈਣਾ ਹੈ, ਪਿਆਜ ਬਰੀਕ ਕੱਟ ਲੈਣਾ ਹੈ, ਜਿੰਜਰ ਪੇਸਟ ਚੌਪ ਕਰ ਲਈ, ਨਾਲ ਇਹਦੇ ਚ ਪੱਤਾ ਗੋਭੀ ਇਹ ਵੀ ਗ੍ਰੇਟ ਕੀਤੀ ਹੋਈ ਹੈ। ਹਾਂਜੀ, ਕੋਲੀਫਲਾਵਰ ਐਂਡ ਕੈਬੇਜ ਦੋਵੇਂ ਲਿਆ ਜੀ, ਠੀਕ ਹੈ। ਗਾਜਰ ਇਹ ਵੀ ਗ੍ਰੇਟ ਕੀਤੀ ਹੋਈ ਹੈ, ਠੀਕ ਹੈ। ਬਰੀਕ ਕੱਟੀ ਹੋਈ ਸ਼ਿਮਲਾ ਮਿਰਚ, ਇਹਦੇ ਵਿੱਚ ਅਸੀਂ ਮਸਟਰਡ ਪੇਸਟ, ਹਾਂਜੀ, ਬਲੈਕ ਪੈਪਰ ਪਾਊਡਰ ਜੀ, ਨਮਕ ਤੇ ਪਾਣਾ ਹੀ ਪਾਣਾ ਜੀ, ਤੇ ਨਾਲ ਅਸੀਂ ਇਹਨੂੰ ਕ੍ਰਿਸਪੀ ਬਣਾਉਣ ਵਾਸਤੇ ਕੋਟਿੰਗ ਹੈ, ਫਲੇਕਸ ਹਨ, ਅੱਛਾ ਜੀ, ਤੇ ਨਾਲ ਕੋਰਨਫਲੋਰ ਦੀ ਸਲਰੀ ਆ, ਤੇ ਕ੍ਰੀਮੀ ਬਣਾਉਣ ਵਾਸਤੇ ਅਸੀਂ ਪ੍ਰੋਸੈਸ ਚੀਜ਼ ਯੂਜ਼ ਕਰ, ਅੱਛਾ, ਪ੍ਰੋਸੈਸ ਚੀਜ਼ ਅੰਦਰ ਪਾਉਣਾ, ਹਾਂਜੀ ਹਾਂਜੀ, ਤੇ ਬ੍ਰੈਡ ਕ੍ਰਮ, ਤੇ ਬ੍ਰੈਡ ਕ੍ਰਮਸ ਵੀ ਅਸੀਂ ਨਾਲ ਵਿੱਚ ਅਸੀਂ ਇਹਦੇ ਵਿੱਚ ਹੀ ਪਾਉਣਾ, ਬਾਈਂਡਿੰਗ ਥੋੜੀ ਸਟਰੈਂਥ ਵਾਸਤੇ, ਤੇ ਆ ਜੀ ਮੈਦਾ, ਅੱਛਾ ਠੀਕ, ਇਹ ਵੀ ਨਾਲ ਪਾਉਣਾ। ਚਲੋ ਜੀ ਚਲੋ ਜੀ, ਬਣਾਉਣ ਦੀ ਤਿਆਰੀ ਕਰੀਏ। ਬਿਲਕੁਲ ਜੀ, ਚਲੋ ਜੀ, ਗੈਸ ਆਨ ਹੋ ਗਿਆ, ਫਰਾਈਂਗ ਪੈਨ ਉੱਪਰ, ਹੁਣ ਕੀ ਕਰਨਾ ਮੈਮ? ਅਸੀਂ ਗਗਨ ਦਾ ਆਇਲ ਯੂਜ਼ ਕਰਨਾ ਹੈ ਕਿਉਂਕਿ ਇਹ ਬਹੁਤ ਹੈਲਦੀ ਹੋ ਰਿਹਾ ਤੇ ਲਾਈਟ ਵੀ ਹੁੰਦਾ ਹੈ। ਅੱਛਾ, ਇਹ ਮੈਂ ਆਪਣੀ ਫੈਮਿਲੀ ਨੂੰ ਇਹੋ ਹੀ ਤੇਲ ਹਮੇਸ਼ਾ ਯੂਜ਼ ਕਰਦੀ ਹਾਂ ਕਿਉਂਕਿ ਉਹਨਾਂ ਦੀ ਸਿਹਤ ਦੀ ਮੈਨੂੰ ਬਹੁਤ ਫਿਕਰ ਹੁੰਦੀ ਹੈ। ਅੱਛਾ ਜੀ, ਹੁਣ ਅਸੀਂ ਜਿਸ ਤਰ੍ਹਾਂ ਹੀ ਥੋੜਾ ਜਿਹਾ ਤੇਲ ਗਰਮ ਹੁੰਦਾ ਹੈ, ਅਸੀਂ ਇਹਦੇ ਵਿੱਚ ਗਾਰਲਿਕ, ਹਾਂਜੀ ਗਾਰਲਿਕ ਇੱਕ ਚਮਚ ਗਾਰਲਿਕ, ਹਾਂਜੀ ਗਾਰਲਿਕ, ਇਹਨੂੰ ਥੋੜਾ ਜਿਹਾ ਸੀ ਸੋਟੇ ਕਰਨਾ, ਸੋਟੇ ਕਰਨਾ, ਚਲੋ ਠੀਕ ਹੈ ਜੀ, ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ, ਹਾਂਜੀ ਥੋੜਾ ਭੁੰਨ ਲੈਣਾ ਚੰਗੀ ਤਰ੍ਹਾਂ, ਹਾਂਜੀ ਚਲੋ, ਹਾਂਜੀ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ, ਅੱਛਾ ਜੀ, ਥੋੜਾ ਪਿਆਜ਼, ਹੁਣ ਅਸੀਂ ਉਹਦੇ ਜੀ, ਹਾਂ ਹੁਣ ਕੀ ਦੱਸਣਾ ਜੀ, ਪੱਤਾ ਫੁੱਲ ਗੋਭੀ ਪਾਣੀ, ਫੁੱਲ ਗੋਭੀ ਪਾਣੀ ਜੀ, ਹਾਂਜੀ, ਤੇ ਆ ਅਦਰਕ ਲਸਣ ਅਦਰਕ ਜਿਹੜਾ ਆ ਅਸੀਂ ਨਾਲ ਹੀ ਪਾ ਦੇਣਾ, ਅੱਛਾ ਠੀਕ ਹੈ, ਆ ਲਓ ਜੀ, ਹਾਂਜੀ ਪਾ ਦਿਓ ਜੀ ਤੁਸੀਂ ਫੁੱਲ ਗੋਭੀ, ਵਾਹ, ਅਸੀਂ ਇੱਕ ਇੱਕ ਕੱਪ ਦੀ ਮੈਜਰਮੈਂਟ ਨਾਲ ਲਵਾਂਗੇ ਤੇ ਸਾਡੀ 7 ਟੂ 8 ਸਰਵਿੰਗਸ ਹੈ ਹੋ ਜਾਂਦੀ, ਬਣ ਜਾਂਦੀ, ਚਲੋ ਜੀ ਠੀਕ ਹੈ, ਹੁਣ ਇਹਦੇ ਨਾਲ ਹੀ ਅਸੀਂ ਅਦਰਕ ਦੀ ਪੇਸਟ ਪਾ ਲੈਂਦੇ, ਅੱਛਾ ਅਦਰਕ ਦੀ ਪੇਸਟ ਪਾਉਣਾ ਜੀ, ਹਾਂਜੀ ਆ ਲਓ ਜੀ, ਹਾਂਜੀ ਹੁਣ ਕੀ ਪਾਉਣਾ, ਹੁਣ ਅਸੀਂ ਗਾਜਰ ਪਾਉਂਦੇ ਆ, ਸ਼ਿਮਲਾ ਮਿਰਚ ਪਾਈ ਜਾਂਦੇ ਆ ਨਾਲ ਨਾਲ ਹੀ ਸਾਰਾ ਕੁਝ, ਹਾਂਜੀ ਆ ਲਓ ਜੀ, ਚਲੋ ਜੀ ਇਹ ਹੋਮ ਸਟਾਈਲ ਇਸਤੇਮਾਲ ਹੋ ਰਿਹਾ ਜੀ, ਹੋਰ ਕੀ, ਆ ਪੱਤਾ ਗੋਭੀ ਪਾ ਦੀ, ਹਾਂਜੀ ਪੱਤਾ ਗੋਭੀ ਲਓ ਜੀ, ਪਾ ਦਿਓ ਜੀ ਤੁਸੀਂ, ਕੈਪਸਿਕਮ ਆ ਲਓ ਜੀ, ਚਲੋ ਫਸਟ ਕਲਾਸ ਸਰ, ਦੇਖੋ ਇਹ ਸਾਰਾ ਕੁਝ ਮਿਲ ਰਿਹਾ ਹੈ, ਬਿਲਕੁਲ ਮਜ਼ੇਦਾਰ ਹੋ ਗਈ ਜੀ ਚੀਜ਼, ਤਾਂ ਬਿਲਕੁਲ ਹੈਲਦੀ ਹੋ ਗਈ, ਮਤਲਬ ਸਬਜ਼ੀਆਂ ਸਾਰੀਆਂ ਪੈ ਗਈਆਂ, ਇਸੇ ਬਹਾਨੇ ਨਾ ਬੱਚੇ ਖਾ ਜਾਣਗੇ, ਹੁਣ ਕੀ ਕਰਨਾ ਜੀ ਦੱਸੋ, ਸਰ ਇਹਦੇ ਵਿੱਚ ਹੁਣ ਨਾ 2 ਚਮਚ ਮੈਦਾ ਪਾਣਾ ਹੈ, ਅੱਛਾ, ਤੇ ਨਾਲ ਹੀ ਥੋੜਾ ਨਮਕ ਪਾਈਏ ਅਸੀਂ, ਆ ਜੋ ਜੀ ਆ ਲੋ ਨਮਕ ਪਾ ਦੋ ਜੀ, ਹਾਂ ਅੱਛਾ, ਹੋਰ ਆ ਲੋ ਥੋੜਾ ਬਸ ਬਸ, ਸਰ ਅਸੀਂ ਥੋੜਾ ਜਿਹਾ ਇਹ ਵੀ ਧਿਆਨ ਰੱਖਣਾ ਹੈ ਕਿ ਅਸੀਂ ਇਹ ਨਮਕ ਤੇ ਪਾਇਆ ਹੈ ਤੇ ਨਾਲ ਅਸੀਂ ਜਿਹੜਾ ਪ੍ਰੋਸੈਸ ਚੀਜ਼ ਪਾਣਾ ਉਹ ਵੀ ਕੰਟੀਨਿਊ ਹੁੰਦਾ ਹੈ, ਉਹਦੇ ਚ ਨਮਕ ਹੁੰਦਾ, ਹਾਂ ਤੇ ਉਹ ਧਿਆਨ ਰੱਖਣਾ ਪੈਂਦਾ ਹੈ, ਬਿਲਕੁਲ ਇਹ ਚੀਜ਼ ਦਾ ਧਿਆਨ ਰੱਖਣਾ ਹੈ, ਜੇ ਅਸੀਂ ਪਹਿਲਾਂ ਇਹਦੇ ਚ ਵੀ ਨਮਕ ਪਾ ਦਾਂਗੇ ਉਹਨੇ ਵੀ ਪੈਣਾ ਹੈ ਤੇ ਬਹੁਤ ਜ਼ਿਆਦਾ ਨਮਕ, ਫਿਰ ਸਾਲਟੀ ਨਾ ਹੋ ਜਾਏ, ਠੀਕ ਹੈ ਜੀ, ਤੇ ਹੁਣ ਅਸੀਂ ਇਹਦੇ ਵਿੱਚ ਮੈਦਾ ਪਾਉਂਦੇ ਹਾਂ, ਅੱਛਾ ਫਸਟ ਕਲਾਸ, ਚਲੋ ਵਾਹ, ਸਰ ਇਹਦੇ ਵਿੱਚ ਥੋੜੀ ਜੀ ਅਸੀਂ ਹੁਣ ਪਾਣੀ ਆ ਮਹਿਕ ਦੀ ਕਾਲੀ ਮਿਰਚ ਪਾਊਡਰ, ਵਾਹ, ਅੱਛਾ ਕੱਢ ਕੇ ਰੱਖੀਏ ਜੀ ਅਸੀਂ, ਹਾਂਜੀ ਬਿਲਕੁਲ ਸਰ, ਇਹ ਤੇ ਬਿਲਕੁਲ ਨਾ ਮਹਿਕ ਦੇ ਮਸਾਲੇ ਜਿਹੜੇ ਹੁੰਦੇ ਨਾ ਇਸ ਤਰ੍ਹਾਂ ਜਿਸ ਤਰ੍ਹਾਂ ਨਾ ਘਾਟ ਪੀਤੇ ਹੁੰਦੇ ਆ, ਹਾਂਜੀ ਇਹ ਜਿਹੜਾ ਤੁਸੀਂ ਕੱਢ ਕੇ ਰੱਖਿਆ, ਹਾਂਜੀ ਰਾਈਟ, ਹਾਂਜੀ ਬਿਲਕੁਲ, ਇਹ ਬਹੁਤ ਹੀ ਫਰੈਸ਼ ਇਹਦੀ ਸਮੈਲ ਹੁੰਦੀ ਆ, ਅੱਛਾ ਮਤਲਬ ਲੱਗਦਾ ਹੀ ਨਹੀਂ ਆ, ਹਾਂਜੀ ਲੱਗ ਰਿਹਾ ਬਿਲਕੁਲ, ਬਲੈਕ ਪੈਪਰ ਇੱਕਦਮ ਜ਼ਬਰਦਸਤ, ਦਿਖਾਓ ਬੜਾ ਸਮੈਲ, ਹਾਂਜੀ ਬਹੁਤ ਵਧੀਆ ਸਰ, ਇਹਨਾਂ ਦੇ ਮਸਾਲਿਆਂ ਦੀ ਸਮੈਲ ਵੀ ਹੁੰਦੀ ਆ ਤੇ ਨਾਲ ਬਿਲਕੁਲ ਫਰੈਸ਼ ਲੱਗਦੇ ਨੇ, ਵਾਹ
ਜਿਸ ਤਰ੍ਹਾਂ ਘਰ ਚ ਹੀ ਪੀਸੇ ਹੁੰਦੇ ਆ ਸਰ ਇਹਦੇ ਚ ਅਸੀਂ ਥੋੜਾ ਜਿਹਾ ਜੇ ਸਪਾਈਸੀ ਕਰੀਏ ਹਾਂ ਤੇ ਥੋੜਾ ਜਿਹਾ ਰੈੱਡ ਚਿੱਲੀ ਪਾਊਡਰ ਪਾਈਏ ਅੱਛਾ ਸਰ ਇਹ ਥੋੜੀ ਜੀ ਅਸੀਂ ਲਾਲ ਮਿਰਚ ਪਾਤੀ ਵਾਹ ਜੀ ਵਾਹ ਸਰ ਇਹਦੇ ਵਿੱਚ ਹੁਣ ਅਸੀਂ ਕੀ ਕਰਨਾ ਹੈ ਦੱਸੋ ਦੁੱਧ ਓਹੋ ਦੁੱਧ ਪਾਣਾ ਬਿਲਕੁਲ ਐ ਲਓ ਜੀ ਅਮੁਲ ਦਾ ਤਾਜ਼ਾ ਦੁੱਧ ਪਾਣਾ ਹੈ ਸੀ ਔਰ ਉਹ ਵੀ ਗਾੜਾ ਬਹੁਤ ਵਧੀਆ ਦੁੱਧ ਹੁੰਦਾ ਹੈ ਸਰ ਇਹ ਵਾਹ ਇਹ ਤਕਰੀਬਨ 1 ਤੋਂ 1.5 ਕੱਪ ਪਾਣਾ ਅੱਛਾ ਅੱਛਾ ਇਹਦੇ ਮੈਦੇ ਨਾਲ ਇਹਦੀ ਜਿਹੜੀ ਬਾਈਂਡਿੰਗ ਹੈ ਵਾਈਟ ਸੌਸ ਦੀ ਉਹ ਵੀ ਬਣ ਜਾਏਗੀ ਵਾਈਟ ਸੌਸ ਵਰਗੀ ਚੀਜ਼ ਬਣ ਜਾਏਗੀ ਸਰ ਇਹਨੂੰ ਬਾਈਂਡਿੰਗ ਕਰਨਾ ਹੈ ਅਸੀਂ ਇਹਨੂੰ ਇੱਕ ਡੋ ਦਾ ਰੂਪ ਦੇ ਦੇਣਾ ਹੈ ਅੱਛਾ ਡੋ ਦਾ ਰੂਪ ਦੇ ਦੇਣਾ ਹੈ ਇਹ ਬੜੀ ਇੰਪੋਰਟੈਂਟ ਜੀ ਚੀਜ਼ ਹੈ ਹਾਂਜੀ ਇਹ ਬਿਲਕੁਲ ਹੁਣ ਜਿਸ ਤਰ੍ਹਾਂ ਗਾੜਾ ਹੋ ਗਿਆ ਇਹ ਹੋ ਗਿਆ ਜੀ ਗਾੜਾ ਹੋ ਹਾਂਜੀ ਥੋੜਾ ਜਿਹਾ ਜਦੋਂ ਠੰਡਾ ਵੀ ਹੋ ਗਿਆ ਇਹਨੇ ਹੋਰ ਗਾੜਾ ਹੋ ਜਾਏਗਾ ਹਾਂਜੀ ਸਰ ਇਹਦੇ ਵਿੱਚ ਅਸੀਂ ਹੋਰ ਪਾ ਰਹੇ ਹਾਂ ਬ੍ਰੈਡ ਕ੍ਰੰਬਸ ਅੱਛਾ ਜੀ ਥੋੜੇ ਜੀ ਮਤਲਬ ਸਾਰੀਆਂ ਚੀਜ਼ਾਂ ਪਾਏ ਜਾਣ ਜਿਸ ਨਾਲ ਮਤਲਬ ਤਕਲੀਫ ਨਾ ਹੋਵੇ ਪਤਾ ਕਿ 100% ਸ਼ੋਰਟੀ ਹੈ ਬਿਲਕੁਲ ਸਰ ਬਿਲਕੁਲ ਬ੍ਰੈਡ ਕ੍ਰੰਬ ਪਾਉਣ ਦੇ ਬਾਅਦ ਅੱਧਾ ਕੱਪ ਤਕਰੀਬਨ ਅੱਧਾ ਕੱਪ 3 ਟੇਬਲ ਸਪੂਨ ਅਸੀਂ ਪਾਏ ਹਾਂ ਜੀ ਬ੍ਰੈਡ ਕ੍ਰੰਬ ਪਾਉਣ ਦੇ ਬਾਅਦ ਬੰਦਾ ਨਹੀਂ ਹਿਲ ਸਕਦਾ ਹੈ ਤੇ ਫਿਰ ਵੀ ਕ੍ਰੋਕੇਟ ਹੀ ਹੈ ਸਰ ਹੁਣ ਅਸੀਂ ਇੱਕ ਚੀਜ਼ ਹੁਣ ਪਾਣੀ ਆ ਹਾਂਜੀ ਪ੍ਰੋਸੈਸ ਚੀਜ਼ ਅੱਛਾ ਇਹ ਪ੍ਰੋਸੈਸ ਚੀਜ਼ ਪਾਉਣੀ ਹੈ ਹਾਂ ਜੀ ਲਓ ਜੀ ਵਾਹ ਫਸਟ ਕਲਾਸ ਆਹਾਹਾ ਸਰ ਤੁਸੀਂ ਇੱਕ ਮੇਰਾ ਥੋੜਾ ਜਿਹਾ ਕੰਮ ਕਰੋ ਹੋਰ ਬੋਲੋ ਮਸਟਰਡ ਸੌਸ ਥੋੜੀ ਜੀ ਇਹ ਵੀ ਪਾ ਦਈਏ ਬਿਲਕੁਲ ਐ ਲਓ ਜੀ ਤੁਸੀਂ ਜੇ ਕਹਿਦਾ ਹੀ ਪਾ ਦਿੰਨੇ ਮਸਟਰਡ ਸੌਸ ਬਹੁਤ ਥੋੜੀ ਸਰ ਬਹੁਤ ਥੋੜੀ ਬਹੁਤ ਹੀ ਥੋੜੀ ਪਾ ਦਿੰਨੇ ਇੰਨਾ ਕਿ ਨਹੀਂ ਪਾ ਦਿੰਨੇ ਆ ਹਾਂਜੀ ਇਹਦੇ ਨਾਲ ਇੱਕ ਮਸਟਰਡ ਫਲੇਵਰ ਜਿਹੜਾ ਹੁੰਦਾ ਨਾ ਉਹ ਵੀ ਵਧੀਆ ਹੈ ਸਰ ਇਹਨੂੰ ਹੁਣ ਅਸੀਂ ਗੈਸ ਬੰਦ ਕਰ ਦੇਣਾ ਗੈਸ ਬੰਦ ਜੀ ਲਓ ਜੀ ਸਰ ਇਹ ਸਾਡਾ ਹੁਣ ਤਿਆਰ ਹੋ ਗਿਆ ਡੋ ਤਿਆਰ ਹੋ ਗਿਆ ਜੀ ਤੇ ਹੁਣ ਅਸੀਂ ਇਹਨੂੰ ਰੱਖ ਦੇਣਾ ਹੈ ਥੋੜਾ ਜਿਹਾ ਠੰਡਾ ਹੋਣ ਵਾਸਤੇ ਚਲੋ ਜੀ ਬੋਲ ਆ ਗਿਆ ਹਾਂਜੀ ਇਹ ਚੀਜ਼ ਨੂੰ ਇੱਥੇ ਰੱਖ ਦੇਣਾ ਚਲੋ ਜੀ ਬੋਲ ਚ ਕੱਢ ਲਈਏ ਹਾਂਜੀ ਹਾਂਜੀ ਫਿਰ ਇਹਨੂੰ ਫ੍ਰਿਜ ਚ ਰੱਖਣਾ ਕਿ ਇਸ ਤਰ੍ਹਾਂ ਹੀ ਬਾਹਰ ਰੱਖਿਆ ਨਹੀਂ ਸਰ ਸਾਡੇ ਹੁਣ ਤੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਫ੍ਰਿਜ ਤੇ ਨਾ ਹੀ ਯੂਜ਼ ਕੀਤੀ ਜਾਵੇ ਚਲੋ ਠੀਕ ਹੈ ਚਲੋ ਜੀ ਆਹਾ ਵਧੀਆ ਚੀਜ਼ੀ ਕ੍ਰੀਮੀ ਵੈਜੀਟੇਬਲ ਬਣ ਗਏ ਇਹਦੇ ਬਣਨਗੇ ਕ੍ਰੋਕੇਟਸ ਇਹਨੂੰ ਠੰਡਾ ਕਰਾਂਗੇ ਅਸੀਂ ਹੁਣ ਦੂਜਾ ਕੰਮ ਕਰਦੇ ਜੀ ਮੈਂ ਤੇਲ ਪਾ ਦੇਣਾ ਗਗਨ ਦਾ ਮੈਡਮ ਤੁਸੀਂ ਤਿਆਰੀ ਕਰ ਲਓ ਠੰਡਾ ਹੋਡਾ ਕਰ ਲਓ ਹਾਂਜੀ ਆਪਾਂ ਕੰਮ ਕਰਾਂਗੇ ਫਟਾਫਟ ਮੈਡਮ ਚਲੋ ਜੀ ਇਹ ਕੀ ਬਣਾਤਾ ਜੀ ਇਹ ਸਰ ਕੌਰਨਫਲੋਰ ਦੀ ਸਲਰੀ ਬਣਾਈ ਅਸੀਂ ਅੱਛਾ ਤੇ ਕੌਰਨਫਲੋਰ 'ਚ ਸਿਰਫ ਪਾਣੀ ਪਾਉਣਾ ਹਾਂਜੀ ਬਸ ਥੋੜਾ ਗਾੜਾ ਰੱਖਣਾ ਹੈ ਇਹ ਇਹਨੂੰ ਰੱਖ ਦਿੰਨੇ ਹੋਰ ਕੀ ਜੀ ਇਹਦਾ ਕੀ ਕਰਨਾ ਹੈ ਸਰ ਕੌਰਨਫਲੇਕਸ ਹੈਗੇ ਆ ਹਾਂ ਇਹਨੂੰ ਕੀ ਕਰਨਾ ਜੀ ਇਹਨਾਂ ਨੂੰ ਅਸੀਂ ਥੋੜਾ ਥੋੜਾ ਹੱਥ ਨਾਲ ਕ੍ਰਸ਼ ਕਰ ਕ੍ਰਸ਼ ਕਰ ਦੇਣਾ ਅੱਛਾ ਉਹ ਕਰੰਚੀਨੈਸ ਇਹਦੇ ਨਾਲ ਹੀ ਆਏਗਾ ਹਾਂਜੀ ਅੱਛਾ ਜੀ ਬਹੁਤ ਵਧੀਆ ਫਸਟ ਕਲਾਸ ਤੇ ਅਸੀਂ ਥੋੜਾ ਹੋਰ ਕਰੰਚੀ ਲਿਆਈਏ ਇਹਦੇ ਨਾਲ ਤੇ ਅਸੀਂ ਇਹਦੇ ਵਿੱਚ ਬ੍ਰੈਡ ਕ੍ਰੰਬਸ ਪਾ ਲਈਏ ਪਾ ਦਈਏ ਬਿਲਕੁਲ ਪਾ ਦਈਏ ਹਾਂਜੀ ਪਾਓ ਲਓ ਜੀ ਬ੍ਰੈਡ ਕ੍ਰੰਬ ਜ਼ਰੂਰ ਪਾਉਣੇ ਚਾਹੀਦੇ ਜਦੋਂ ਕੌਰਨਫਲਾਰ ਪਾਉਂਦੇ ਹੋ ਕਿਉਂਕਿ ਉਹ ਕੋਟਿੰਗ ਜਿਹੜੀ ਹੈ ਨਾ ਕੌਰਨਫਲਾਰ ਦੀ ਹਾਂਜੀ ਉਹ ਪੂਰੀ ਯੂਨੀਫਾਰਮ ਨਹੀਂ ਹੁੰਦੀ ਠੀਕ ਹੈ ਤੇ ਬ੍ਰੈਡ ਕ੍ਰੰਬ ਜਿਹੜਾ ਨਾ ਉਹ ਪ੍ਰੋਟੈਕਟ ਕਰ ਲੈਂਦੀ ਠੀਕ ਚਲੋ ਜੀ ਮਿਕਸਚਰ ਠੰਡਾ ਹੁਣ ਇਹ ਮਿਕਸਚਰ ਨੂੰ ਤੇ ਇਹ ਕਰਨ ਵਾਸਤੇ ਪਾਣੀ ਦੀ ਲੋੜ ਪਈ ਥੋੜਾ ਜਿਹਾ ਹਾਂਜੀ ਅਸੀਂ ਪਾਣੀ ਤੇ ਯੂਜ਼ ਕਰਨਾ ਹੈ ਹੈ ਲਓ ਜੀ ਬੋਲ ਹੈ ਲਓ ਜੀ ਪਾਣੀ ਆ ਗਿਆ ਹਾਂਜੀ ਪਾਣੀ ਇਸ ਵਾਸਤੇ ਯੂਜ਼ ਕਰਨਾ ਹੈ ਕਿ ਥੋੜੇ ਜਿਹਾ ਅਸੀਂ ਹੱਥ ਗਿੱਲੇ ਕਰਾਂਗੇ ਨਾ ਤੇ ਸਾਡੇ ਹੱਥ ਨੂੰ ਇਹ ਮਿਕਸਰ ਚਿਪਕੇਗਾ ਨਹੀਂ ਅੱਛਾ ਜੀ ਚਲੋ ਜੀ ਬਹੁਤ ਵਧੀਆ ਹੁਣ ਕੀ ਕਰਨਾ ਹੈ ਹੱਥ ਗਿੱਲੇ ਕਰ ਲਿਆ ਬਸ ਅਸੀਂ ਹੁਣ ਇਸ ਤਰ੍ਹਾਂ ਲੈਣਾ ਹੈ ਹਾਂ ਇਹਨੂੰ ਉਠਾ ਦੇਣਾ ਜੀ ਮੈਂ ਇਹਨਾਂ ਨੂੰ ਤੁਹਾਡੀ ਸਹੂਲਤ ਵਾਸਤੇ ਇਹ ਸਭ ਅਰੇਂਜਮੈਂਟ ਕਰ ਲੈਣਾ ਜੀ ਆ ਲਓ ਇਸ ਤਰ੍ਹਾਂ ਬਣਾ ਲੈਣਾ ਹੈ ਹਾਂਜੀ ਤੇ ਆ ਸਲਰੀ ਚ ਪਾਉਣਾ ਜੀ ਹਾਂਜੀ ਵਾਹ ਇਹ ਕੋਟਿੰਗ ਕਰ ਲਈ ਹਾਂਜੀ ਵਾਹ ਪਰ ਸੁਪਰ ਕੰਮ ਹੋ ਗਿਆ ਜੀ ਇਹ ਤੇ ਪਲੇਟ ਦੇ ਦਾਂ ਤੁਹਾਨੂੰ ਹਾਂਜੀ ਬਿਲਕੁਲ ਅਸੀਂ ਨਾ ਪਹਿਲੇ 5-6 ਬਣਾ ਕੇ ਰੱਖ ਲੈਂਦੇ ਆ ਆ ਲਓ ਜੀ ਇੱਥੇ ਹਾਂਜੀ ਬਣਾ ਲਓ ਜੀ 5-6 ਲਓ ਜੀ ਇਹਦੇ 'ਚ ਪਾ ਦਿਓ ਤੁਸੀਂ ਇਹਦੇ 'ਚ ਪਾ ਦਿਓ ਬਸ ਮੈਂ ਕਰ ਦਿੰਦਾ ਬਾਕੀ ਤੁਹਾਡੇ ਵਾਸਤੇ ਕੰਮ ਆ ਲਓ ਜੀ ਹੋ ਗਿਆ ਜੀ ਹਾਂਜੀ ਇਹਦੇ 'ਚ ਪਾ ਦਿੱਤਾ ਜੀ ਅਤੇ ਇਹਨੂੰ ਇਹ ਜਦੋਂ ਵੀ ਕੋਟਿੰਗ ਕਰਨੀ ਹੁੰਦੀ ਹੈ ਨਾ ਜ਼ਿਪ ਲੋਕ ਬੈਗ ਲੈ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਇਹਦੇ 'ਚ ਨਾ ਚਮਚ 'ਚ ਪਾ ਕੇ ਆਹ ਸਾਰੀ ਚੀਜ਼ਾਂ ਜ਼ਿਪ ਲੋਕ ਬੈਗ 'ਚ ਸ਼ੇਕ 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 ਫਿਰ ਕੀ ਹੱਥ ਗੰਦੇ ਨਹੀਂ ਹੁੰਦੇ ਇਹ ਕੋਟਿੰਗ ਵੀ ਹੋ ਗਈ ਤਾਂ ਇੰਨੀਆਂ ਛੋਟੀਆਂ ਛੋਟੀਆਂ ਇਹੋ ਜੀਆਂ ਗੱਲਾਂ ਹਾਂ ਇਹੋ ਹੀ ਤੇ ਤੁਹਾਨੂੰ ਮਤਲਬ ਬਹੁਤ ਸ਼ੈਫ ਬਣਾ ਪਰ ਮੈਂ ਤੇ ਜੀ ਕੋਸ਼ਿਸ਼ ਕਰਦਾ ਕਿ ਸਾਰਿਆਂ ਨੂੰ ਜਿਹੜੀ ਮੇਰੀ ਵਿਦਿਆ ਹੈ ਨਾ ਉਹ ਪੂਰੇ ਜਹਾਨ 'ਚ ਫੈਲ ਜਾਏ ਹੈਲੋ ਜੀ ਇਹ ਸਾਰੇ ਫਸਟ ਕਲਾਸ ਬਣ ਗਏ ਚਲੋ ਕਰੀਏ ਫਰਾਈ ਹੁਣ ਸਰ ਇਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਸਾਰਾ ਕੁਝ ਆਲਰੇਡੀ ਪੱਕਿਆ ਹੋਇਆ ਹੈ ਹਾਂ ਬਟ ਕ੍ਰਿਸਪੀ ਤੇ ਕਰਨਾ ਹੀ ਹੈ ਨਾ ਥੋੜਾ ਜਿਹਾ ਹਾਂਜੀ ਬਸ ਥੋੜਾ ਜਿਹਾ ਗੋਲਡਨ ਬ੍ਰਾਊਨ ਕਰਨਾ ਹੈ ਇਹ ਨਾ ਪੰਜਾਬੀ ਵਾਲੀ ਆਦਤ ਹੈ ਪਾ ਕੇ ਨਾ ਛੇੜੀ ਤਾਂ ਨਹੀਂ ਹੁੰਦਾ ਕਦੀ ਹਾਂਜੀ ਮੈਂ ਪਹਿਲੇ ਬਿਲਕੁਲ ਸਰ ਪਾ ਕੇ ਨਹੀਂ ਛੇੜਨਾ ਇਹ ਤੁਹਾਡੀ ਬਿਲਕੁਲ ਬਹੁਤ ਧਿਆਨ ਰੱਖਣਾ ਦੂਰ ਰੱਖੋ ਹਾਂ
फोन जो बस जो तुम लगा कि हो गया है देखो जी तैयार फोन आवाजा कर दे तो मार दे आवाजा देखो आ हा हा हो गया जी क्रिस्प पा दिए सर अभी सारे पा दो जी लो जी आ हा हा क्या बात है नाम आ हा हा क्रंची क्रीमी चीजी क्रॉकेट ਹੁਣ ਮੈਡਮ ਦੀ ਇਮਤਿਹਾਨ ਦੀ ਘੜੀ ਸ਼ੁਰੂ ਹੋ ਗਈ ਲਓ ਜੀ ਇੱਧਰ ਸਾਡੇ ਸ਼ੈਫ ਹਰਪਾਲ ਜੀ ਬਲਜੀਤ ਜੀ ਦੇ ਬਣਾਏ ਹੋਏ ਕ੍ਰੀਮੀ ਕ੍ਰਿਸਪੀ ਕ੍ਰੋਕਟਸ ਨੂੰ ਟੇਸਟ ਕਰਨ ਵਾਲੇ ਨੇ ਅਤੇ ਜਦੋਂ ਤੱਕ ਇਹ ਟੇਸਟ ਕਰਦੇ ਨੇ ਉਦੋਂ ਤੱਕ ਆਪਾਂ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਅਤੇ ਬਣਾ ਹੀ ਰੱਖਦੇ ਇਹੋ ਜਿਹਾ ਸਸਪੈਂਸ ਤੁਸੀਂ ਦੇਖਦੇ ਰਹੋ ਜੀ ਪੀ ਟੀ ਸੀ ਪੰਜਾਬੀ ਪ੍ਰੈਜੈਂਟਸ ਪੰਜਾਬ ਦੇ ਸੁਪਰ ਸ਼ੈਫ ਸਮੈਲ ਤਾਂ ਵਧੀਆ ਆ ਰਹੀ ਮੈਡਮ ਸਰ ਮੇਰੀ ਧੜਕਣ ਨਾ ਵਧਾਓ ਜਲਦੀ ਜਲਦੀ ਖਾ ਕੇ ਟੇਸਟ ਕਰਕੇ ਦੱਸੋ ਸਰ ਨਹੀਂ ਨਹੀਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪੰਜਾਬ ਦੇ ਮਸਾਲੇਦਾਰ ਚਟਪਟੇ ਤੇ ਬਹੁਤ ਹੀ ਫੇਵਰਿਟ ਸ਼ੋਅ ਦੇ ਵਿੱਚ ਨਾਮ ਹੈ ਜਿਸਦਾ ਪੀ ਟੀ ਸੀ ਪੰਜਾਬੀ ਪ੍ਰੈਜੈਂਟਸ ਪੰਜਾਬ ਦੇ ਸੁਪਰ ਸ਼ੈਫ ਲਓ ਜੀ ਹਾਂ ਸਸਪੈਂਸ ਪੂਰਾ ਬਣਿਆ ਹੋਇਆ ਅੰਦਰ ਸਾਡੇ ਸ਼ੈਫ ਹਰਪਾਲ ਜੀ ਕ੍ਰੀਮੀ ਕ੍ਰਿਸਪੀ ਕ੍ਰੋਕਟਸ ਨੂੰ ਟੇਸਟ ਕਰਨ ਜਾ ਰਹੇ ਨੇ ਕੀ ਹੋਣਗੇ ਉਹਨਾਂ ਦੇ ਰਿਵਿਊਜ਼ ਕੀ ਹੋਣਗੇ ਉਹਨਾਂ ਦੇ ਵਿਊਜ਼ ਇਸ ਦੇ ਉੱਤੇ ਇਹ ਜਾਣਨ ਲਈ ਫਿਰ ਆਪਾਂ ਚੱਲੀਏ ਕਿਚਨ ਦੇ ਅੰਦਰ ਚੱਲੀਏ ਸਮੈਲ ਤਾਂ ਵਧੀਆ ਆ ਰਹੀ ਮੈਡਮ ਸਰ ਮੇਰੀ ਧੜਕਣ ਨਾ ਵਧਾਓ ਜਲਦੀ ਜਲਦੀ ਖਾ ਕੇ ਟੇਸਟ ਕਰਕੇ ਦੱਸੋ ਸਮੈਲ ਵਧੀਆ ਟੱਚ ਫੀਲ ਜਿਹੜਾ ਉਹ ਵੀ ਕਰੰਚੀ ਹੈ ਸਰ ਨਹੀਂ ਨਹੀਂ ਐਸਾ ਨਹੀਂ ਹੋ ਸਕਦਾ ਨਹੀਂ ਸਰ ਪਲੀਜ਼ ਕਹਿ ਦੋ ਬਹੁਤ ਵਧੀਆ ਹੈ ਇੱਕ ਵਾਰੀ ਕਹਿ ਦੋ ਸਰ ਬਹੁਤ ਵਧੀਆ ਜੀ ਤੁਸੀਂ ਇੱਕ ਕੰਮ ਕਰੋ ਇਹਦਾ ਰੀਕੈਪ ਵੇਖੋ ਕਿਉਂਕਿ ਇਹ ਇੰਨੀ ਮਜ਼ੇਦਾਰ ਚੀਜ਼ ਹੈ ਕ੍ਰੀਮੀ ਚੀਜ਼ੀ ਰੋਲ ਮਿਕਸ ਵੈਜੀਟੇਬਲ ਚੀਜ਼ ਦੁੱਧ ਬੱਚਿਆਂ ਵਾਸਤੇ ਸਾਰੀ ਚੀਜ਼ਾਂ ਨਾਲ ਸਬਜ਼ੀਆਂ ਕ੍ਰਿਸਪੀ ਕ੍ਰੀਮੀ ਕ੍ਰੋਕੇਸ ਬਣਾਉਣ ਲਈ ਲੋੜ ਹੈ ਫੁੱਲ ਗੋਭੀ ਕੱਦੂਕਸ ਕੀਤੀ ਪਿਆਜ਼ ਅਦਰਕ ਦਾ ਪੇਸਟ ਲਸਣ ਕੱਟਿਆ ਹੋਇਆ ਪੱਤਾ ਗੋਭੀ ਕੱਦੂਕਸ ਕੀਤੀ ਗਾਜਰ ਬਰੀਕ ਕੱਟੀ ਸ਼ਿਮਲਾ ਮਿਰਚ ਮਸਟਰਡ ਸੌਸ ਕਾਲੀ ਮਿਰਚ ਕੌਰਨਫਲੇਕਸ ਕੌਰਨਫਲਾਰ ਪ੍ਰੋਸੈਸ ਚੀਜ਼ ਬ੍ਰੈਡ ਕ੍ਰੰਬਸ ਮੈਦਾ ਦੁੱਧ ਅਤੇ ਨਮਕ ਸਵਾਦ ਅਨੁਸਾਰ ਸਭ ਤੋਂ ਪਹਿਲਾਂ ਪੈਨ ਵਿੱਚ ਤੇਲ ਗਰਮ ਕਰਕੇ ਉਹਦੇ 'ਚ ਲਸਣ ਪਿਆਜ਼ ਫੁੱਲ ਗੋਭੀ ਨਾਲ ਹੀ ਅਦਰਕ ਦਾ ਪੇਸਟ ਪਾ ਕੇ ਭੁੰਨ ਲਓ ਫਿਰ ਗਾਜਰ ਪੱਤਾ ਗੋਭੀ ਪਾਓ ਸ਼ਿਮਲਾ ਮਿਰਚ ਉਸ ਤੋਂ ਬਾਅਦ ਮੈਦਾ ਕਾਲੇ ਮਿਰਚ ਲਾਲ ਮਿਰਚ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਫਿਰ ਭੁੰਨੋ ਹੁਣ ਦੁੱਧ ਬ੍ਰੈਡ ਕ੍ਰੰਬਸ ਪ੍ਰੋਸੈਸ ਚੀਜ਼ ਅਤੇ ਮਸਟਰਡ ਸੌਸ ਪਾ ਕੇ ਡੋ ਬਣਨ ਤੱਕ ਭੁੰਨੋ ਅਤੇ ਉਹਨੂੰ ਠੰਡਾ ਹੋਣ ਲਈ ਰੱਖ ਦਿਉ ਹੁਣ ਇੱਕ ਦੂਜੇ ਪੈਨ ਵਿੱਚ ਤੇਲ ਗਰਮ ਕਰੋ ਅਤੇ ਨਾਲ ਹੀ ਇੱਕ ਬੋਲ ਵਿੱਚ ਕੌਰਨਫਲਾਰ ਦਾ ਘੋਲ ਤਿਆਰ ਕਰੋ ਹੁਣ ਕੌਰਨਫਲੈਕਸ ਨੂੰ ਹੱਥਾਂ ਨਾਲ ਕ੍ਰਸ਼ ਕਰੋ ਅਤੇ ਥੋੜ੍ਹਾ ਜਿਹਾ ਬ੍ਰੈਡ ਕ੍ਰੰਬਸ ਵੀ ਮਿਕਸ ਕਰੋ ਠੰਡੇ ਕੀਤੇ ਮਿਕਸਚਰ ਦੇ ਹੱਥਾਂ ਨਾਲ ਰੋਲ ਬਣਾ ਕੇ ਉਹਨੂੰ ਕੌਰਨਫਲਾਰ ਅਤੇ ਕੌਰਨਫਲੈਕਸ ਦੀ ਕੋਟਿੰਗ ਕਰਕੇ ਗਰਮ ਤੇਲ ਵਿੱਚ ਫਰਾਈ ਕਰੋ ਅਤੇ ਲਓ ਜੀ ਤਿਆਰ ਹੈ ਕ੍ਰਿਸਪੀ ਕ੍ਰੀਮੀ ਕ੍ਰੋਕੇ ਮਿਕਸਡ ਵੈਜ ਤੇਰੀਨ ਜਿਹੜੀ ਰੈਸਪੀ ਅਸੀਂ ਸਿਲੈਕਟ ਕੀਤੀ ਹੈ ਤੇ ਮੈਡਮ ਇੱਕ ਕੰਮ ਕਰੀਏ ਫਟਾਫਟ ਤੁਸੀਂ ਦੱਸ ਦਿਓ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪੈਗੀ ਤੇ ਇਹ ਇੰਨੀਆਂ ਚੀਜ਼ਾਂ ਸਾਰੀਆਂ ਇੱਕ ਸਾਥ ਬਣਾਉਣੀਆਂ ਹਾਂਜੀ ਸਰ ਆਪਾਂ ਇਸ ਡਿਸ਼ ਨੂੰ ਅਸੀਂ ਲੇਅਰਿੰਗ ਵਿੱਚ ਬਣਾ ਰਹੇ ਹਾਂ ਅੱਛਾ ਲੇਅਰਿੰਗ ਕਰਨੀ ਹੈ ਤੇ ਮਤਲਬ ਐਸਾ ਫਿਰ ਅਲੱਗ-ਅਲੱਗ ਬਣੇਗਾ ਹਾਂਜੀ ਸਰ ਅਸੀਂ ਪਹਿਲਾਂ ਸਪਿਨਚ ਦੀ ਲੇਅਰ ਬਣਾਵਾਂਗੇ ਹਾਂਜੀ ਉਹਦੇ ਵਿੱਚ ਸਾਨੂੰ ਸਪਿਨਚ ਬਹੁਤ ਬਰੀਕ ਕੱਟੀ ਹੋਈ ਸਪਿਨਚ ਚਾਹੀਦੀ ਆ ਹਾਂ ਤਕਰੀਬਨ 2 ਕੋਲੀਆਂ ਹਾਂ ਉਹਦੇ ਵਿੱਚ ਨਾਲ ਸਾਨੂੰ ਕੌਰਨਫਲੋਰ ਚਾਹੀਦਾ ਹੈ ਜੀ ਨਾਲ ਮੈਦਾ ਚਾਹੀਦਾ ਹੈ ਗਾਰਲਿਕ ਗਾਰਲਿਕ ਬਰੀਕ ਕੱਟਿਆ ਹੋਇਆ ਇੱਕ ਜਾਇਫਲ ਠੀਕ ਹੈ ਜੀ ਸਰ ਇਹ ਸਪਿਨਚ ਦੇ ਟੇਸਟ ਨੂੰ ਇੰਨਾ ਕਿ ਇਨਹੈਂਸ ਕਰਦਾ ਹੈ ਨਾ ਜਾਇਫਲ ਫਰੈਂਡਸ ਆਫ ਬਿਲਕੁਲ ਮੈਂ ਹਮੇਸ਼ਾ ਕਹਿੰਦਾ ਸਾਰਿਆਂ ਨੂੰ ਕਿ ਹਰ ਇੱਕ ਵੈਜੀਟੇਬਲ ਜਾਂ ਫਰੂਟ ਜਾਂ ਇਨਗਰੀਡੀਐਂਟ ਦਾ ਇੱਕ ਫਰੈਂਡ ਹੁੰਦਾ ਉਹ ਫਰੈਂਡ ਮਿਲ ਜਾਣ ਨਾ ਬਿਲਕੁਲ ਫਲੇਵਰ ਵੱਧ ਜਾਂਦਾ ਪਾਣਾ ਵੀ ਅਸੀਂ ਬਹੁਤ ਇੱਕ ਚੁੱਟ ਥੋੜਾ ਜਿਹਾ ਬਿਲਕੁਲ ਨਟਮੈਗ ਜ਼ਿਆਦਾ ਨਹੀਂ ਪਾ ਸਕਦੇ ਬਹੁਤ ਗਰਮ ਹੁੰਦਾ ਕੜਵਾ ਹੁੰਦਾ ਬਿਲਕੁਲ ਚਲੋ ਜੀ ਇਹਦੇ ਵਿੱਚ ਅਸੀਂ ਚੀਜ਼ ਪ੍ਰੋਸੈਸ ਮਸ਼ਰੂਮ ਹਾਂ ਕਾਲੀ ਮਿਰਚ ਪਾਊਡਰ ਹਾਂ ਜੀ ਜੋ ਕਿ ਮਹਿਕਦਾ ਹੈਗਾ ਜੀ ਨਮਕ ਤੇ ਇਹ ਹੋ ਗਿਆ ਪਹਿਲਾ ਲੇਅਰ ਹੋਰ ਉਹਦੇ ਬਾਅਦ ਉਸ ਤੋਂ ਬਾਅਦ ਅਸੀਂ ਬੈਲ ਪੈਪਰਸ ਲਈਆਂ ਹੋਈਆਂ ਹੈ ਰੈੱਡ ਐਂਡ ਯੈਲੋ ਹਾਂ ਜੀ ਟੋਮੈਟੋ ਸੌਸ ਹਾਂ ਚਿਲੀ ਚਿਲੀ ਫਲੇਕਸ ਚਿਲੀ ਸੌਸ ਹਾਂ ਜੀ ਨਾਲ ਅਸੀਂ ਸਪ੍ਰਿੰਗ ਆਨੀਅਨ ਸਪ੍ਰਿੰਗ ਆਨੀਅਨਸ ਗ੍ਰੀਨਸ ਅੱਛਾ ਤੇ ਅਸੀਂ ਨਾਲ ਲੈ ਆ ਬੋਇਲਡ ਰਾਈਸ ਬਣਾਉਣ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਠੀਕ ਹੈ ਜੀ ਚਲੋ ਜੀ ਇਹ ਕੀ ਤੇਲ ਚਲੋ ਪਾ ਦੋ ਜੀ ਗਗਨ ਦਾ ਤੇਲ
फर्स्ट क्लास हेल्दी है, बिल्कुल लाइट है। वाह, तेल हेल्दी एंड लाइट, वेरी नाइस। बिल्कुल सर, आई लाइक इट। सर थोड़ा जा तेल गरम हो रहा है। अच्छा, तो पहले स्पिनच का लेयर बना रहे हो? हां जी बिल्कुल। हां जी, हां जी। आ लो जी चम्मच, आ लो जी आ तोड़े गार्लिक की रिक्वायरमेंट आ गई। ऐते विच असी स्पिनच दे नाल मशरूम ऐड कर रहे हैं। अच्छा ठीक है जी, ते मशरूम स्पिनच ए कॉम्बिनेशन भी बहुत बढ़िया होता जी। गार्लिक, वाह। ते नाल ही असी हुण एदे विच ना मशरूम सॉटे कर। अच्छा बिल्कुल, मशरूम एदे चे। हां जी, हेलो जी, मशरूम आ गए। फोन की कर रहे हो जी एदे चे? सर असी एदे विच थोड़ा जिहा नमक पावांगे। लो जी नमक आ, लो जी आ गया। सर एदे विच भी नमक असी बहुत ध्यान नाल इस करके पाना है, एदे विच भी असी चीज यूज कर। अच्छा इसे करके, लो जी फर्स्ट क्लास। ते एदे विच हुण असी पा रहे हां महक दी काली मिर्च पाउडर। वाह भाई, जेदा नाम ही महक है। बिल्कुल, मसाले तो अपने आप महकेंगे। लो जी सर, होना सी एदे विच स्पिनच पा देने। स्पिनच आ, लो जी लगदी ते काफी ज्यादा, लेकिन ये पकने के बाद इतनी इजी नहीं हो जानी। बिल्कुल, बहुत थोड़ी हो जानी है, असी पा सारी देनी है। अच्छा, असी नु थोड़ी देर करना है सॉटे। हां जी, ते जदों एदा पानी एब्जॉर्ब हो जाएगा सारा। हां जी, हां जी, फिर असी एदे विच थोड़ा जिया मैदा पाना। ठीक है जी, किस तरह पाओगे जी? असी ग्रेट करांगे। बस जी, हां जी हुण की करना जी? पानी सुखाना है। पानी सुख रहा है। अच्छा, ते हुण असी एदे विच एक चम्मच मैदा पावांगे। लाओ जी, असी मैदा पावांगे जेड़ा थोड़ा बहुत पानी बचा है वो नाल ही एदे एब्जॉर्ब हो जाएगा। हां जी, लाओ जी फर्स्ट क्लास। लाओ जी, बस हो गया जी। सर हुण असी दूध पा लिए। अच्छा, थोड़ा दूध किथे गया? आ लो जी आप फर्स्ट क्लास दूध आ गया जी। आ लो तुसी, आधा कप बहुत है। अच्छा ठीक है जी, आ लो जी। सर ऐ हो गया गाढ़ा। गाढ़ा हो गया फर्स्ट क्लास। हां जी, हुण की करना? हुण असी एदे विच ग्रेट करांगे प्रोसेस चीज। ग्रेट प्रोसेस चीज, हां जी, थोड़ा क्यूट जा ग्रेटर एकदम। बिल्कुल सर। हां जी, आ लो, तनु असी जो चीज बना के खिला रहे हो हेल्दी खवानी तनु। हेल्दी इज चीज इन पंजाब, आई लाइक दिस, वेरी नाइस, बहुत बढ़िया। लो जी लो, बहुत बढ़िया। हां जी, हुण की करना जी? सर हुण असी करदे आं बेल पेपर सॉटे। अच्छा, ते इनू लेयर करना कि बोल च कढ़ना है? इनू असी बोल च कढ़ देंगे। अच्छा, ए लो जी आ बोल मैं तुहानू दे देना। ए लो जी बोल। वाह जी वाह, ते हुण ते भाई इस तरह जे तुसी इन्ने लेयर दे लेयर बनाउंदे जाओगे ते जदों किचन इन्ना गंदा हो जाएगा, खाना बनाउणा ते काम बड़ा मजेदार लगदा। ते सफाई सारी चिकनाई कितना जाएगी? टेंशन ही नहीं। क्यों? विम लिक्विड। विम लिक्विड जेल सर, ओदे विच 100 नींबूआं दी शक्ति आ, एक चम्मच असी लेना है। चलो जी, साफ हो जाएगा फर्स्ट क्लास सर, सारी चिकनाई गायब। बिल्कुल बिल्कुल। चलो जी बहुत बढ़िया, हुण असी की करना जी? हुण असी एक दूसरा पैन लेने आ। अच्छा, आ लो जी प्याज दी पैन, आ लो एदी तैयारी कर देना। चलो जी हुण की पाउणा मैडम? पैन रखता वापस बड़ा वाला गगन। अच्छा, हेलो जी, तेल आ गया। एदे विच असी थोड़ा जिहा असी गार्लिक, वापस गार्लिक। हेलो जी, गार्लिक दा फ्लेवर वो अपने आप से मजेदार होंदा जी। हेलो, एनु असी थोड़ा डार्क कलर करना है। डार्क कलर करना है? हां जी, एनु बर्नड गार्लिक करना है असी। बिल्कुल, ओदा एक ना ਬਹੁਤ ਹੀ ਵਧੀਆ ਜਿਹਾ ਫਲੇਵਰ ਹੁੰਦਾ ਜੀ। ਬਿਲਕੁਲ, ਬੜਾ ਮਜ਼ੇਦਾਰ ਹੁੰਦਾ ਜੀ। ਹਾਂਜੀ, ਤੇ ਮਤਲਬ ਇਹ ਸਾੜ ਦੇਣਾ ਹੈ ਕਿ ਕੀ ਕਰ? ਨਹੀਂ ਸਰ, ਰਾੜਨਾ ਹੈ, ਸਾੜਨਾ ਨਹੀਂ ਆ। ਅੱਛਾ, ਰਾੜਨਾ ਹੈ, ਸਾੜਨਾ ਨਹੀਂ ਹੈ। ਵੈਰੀ ਗੁੱਡ ਜੀ, ਇਹ ਪੰਜਾਬੀ ਮੁਹਾਵਰੇ ਮੈਂ ਵੀ ਸਿੱਖ ਰਿਹਾ ਜੀ, ਬਹੁਤ ਵਧੀਆ। ਬਸ ਰਾੜਨਾ ਹੈ, ਸਾੜਨਾ ਨਹੀਂ, ਹੁਣ ਕੀ ਕਰਨਾ ਦੱਸੋ? ਅਸੀਂ ਹੁਣ ਇਹਦੇ ਵਿੱਚ ਬੈਲ ਪੈਪਰਸ ਪਾਉਂਦੇ। ਬੈਲ ਪੈਪਰ, ਆ ਜੋ ਜੀ ਆ ਘੰਟਾ ਘਰ ਵਾਲੇ ਪੈਪਰ ਪਾ ਦੇ ਇਹਦੇ ਵਿੱਚ। ਅੰਮ੍ਰਿਤਸਰ, ਅੰਮ੍ਰਿਤਸਰ ਵੀ ਹੈਗਾ ਜੀ ਘੰਟਾ ਘਰ? ਬਿਲਕੁਲ ਸਰ, ਹੈਗਾ ਜੀ। ਬਿਲਕੁਲ, ਉੱਥੇ ਪੈਪਰ ਉਗਦੇ ਨੇ? नहीं, चिली फ्लेक्स भी पाउणे। चिली फ्लेक्स, हां जी
इन्नी चिली पाई है, थोड़ा जा टमाटो सॉस भी पा। अच्छा मीठा, वाह। नमक, हेलो जी नमक। लो जी सर महक दी काली मिर्च। हाँ जी, वाह जी वाह। तीन प्रकार दिया मिर्चा पै गया जी ये, वाह वाह। हाँ जी असि उन्हें दे विच थोड़ा जा कॉर्नफ्लोर घोल के पा दिए। अच्छा जी, ते नाल पानी, हेलो जी पानी, एक्वा गार्ड दा सी पानी पाइए। लो जी आप पानी ले लो जी, फर्स्ट क्लास। बस बस जी, बस बस। लो जी वाह, हेलो जी सॉसी हो गया मतलब होना एकदम। हां बिल्कुल सर, हुन असि इहदे विच चावल पाने आ। अच्छा चावल पा दिए ते छे उबले हुए चावल। उबले हुए चावल, हेलो जी वाह। नमक देख लेना जी, ज्यादा सर ऐसे नहीं, नहीं सर प्लीज ऐसा ना करो प्लीज सर। मैडम तुसी टेस्ट करो दस्या। मैं एकदम हिल जानी है सर, तुसी जदों ऐसे जे एक्सप्रेशंस ले आंदे हो ना सर। पानी है कि तुसी पानी? नहीं सर, एक्वा गार्ड दा पानी दवांगे तानू, पर तुसी पहले मैनू दसो। एक मिनट जी पहलो। नहीं सर, नमक दस्या पता नहीं सर, तुसी दसो बहुत ज्यादा पाता है। क्या राइस कलर देखो, ओहो वेज तरीन, ओहो नाम सुपर। लो जी वाह जी वाह। इन्हां नूं असीं थोड़ा थोड़ा प्रेस कर दिए। अच्छा प्रेस करना एक चीज वधिया होएगी कि मेरे ख्याल से जदों बेक होएगा, बेक होएगा। हां जी बिल्कुल, इन्हूं बेक करना है चीज पाके। चीज फिर चीज, हेल्दी चीज सर। वेरी नाइस सर, आज दे तुहानूं असीं थोड़ा जिहा मोटा करके भेजना है। हां वाला जी, कि चीज पाउणा है इहदे विच? नहीं सर, पहले थोड़ी चीज पाना है। पहले नहीं पाना, ठीक है जी। एदे विच हुण असी आ पावांगे। लो जी स्पिनच मशरूम, चलो जी वाह। सर एदे ते एक लेयर असी होर पा दिए स्पिनच दा? नहीं राइस दा। राइस दा, राइस दा पा दो फिर, स्पिनच पूरा पा दो जी। इहनू की रखना है? हेलो फर्स्ट क्लास हो गया जी काम। आहा सर पंजाबी आ, कुछ छड्डी दा नहीं आ। बिल्कुल बिल्कुल, है ना? उस तरह विच खाना छड्डना नहीं चाहिदा कदी भी। वाह मजेदार, आ लेयर देखो तुसी, लो फर्स्ट क्लास। आ हा हा क्या बात, ए राइस ते मैनू बहुत एक्साइटिंग लग रहा जी। मैं सोच रहा बच्चों नू जे सारे इस तरह ही राइस बना के खवा देन। सर इस तरह भी खा लेन? बिल्कुल बिल्कुल, मजेदार है जी। सुन असी सर ए देते हेल्दी चीज। आ हा 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 क्या बात है। लो जी उनकी करिए जी। सर इन्हें असी ना 4 to 5 minutes वास्ते बेक करना है। बेक करना जी। एदा जेड़ा चीज है थोड़ा मेल्ट होना है। अच्छा चीज मेल्ट हो जानी चाहिए। हां जी बिल्कुल। ते कहते माइक्रोवेव च करना है? माइक्रोवेव करना। लो जी जब तक माइक्रोवेव च राइस बेक हो रहा है, मस्त चीज मेल्ट होगी। तुसी एक काम करो, साहिल भाई ना मिलके आ जाओ जी। बिल्कुल सही कहा शेफ हरपाल जी, आपां भी ते थोड़ी जी मस्ती करनी है ना फैमिली मेंबर्स दे नाल। क्यों जी, जिन्नी देर तक तुसी ये डिश बना रहे हो आपां भी करदे हां ते थोड़ा जा काम इन्हां बच्चियां दे नाल ते गलबात करदे जी। बेटे इधर आओ सर, तुसी उधर चले जाओ। आ जाओ आ जाओ आ जाओ आ जाओ। क्या बात है, ये बच्चा बड़ा शर्मीला है। मैंने सुनने दे विच आया है कि ये बच्चा गाने बड़े वधिया गांदा है। क्यों सर? इंग्लिश गाने गांदा है। अच्छा तुसी मैनूं केड़ा गाना सुनाओगे? Rescue me. Rescue me. English song. All set? ताड़ियां मार दो साढ़े बच्चे वास्ते। चलो, go.
Rescue me, show me who I am, 'cause I can't believe this is how the story ends. Bye for me, if it's not too late, help me breathe again. No guess can be how the story ends. Hey, ताड़ियाँ जी, ताड़ियाँ, सही है। चलो बहुत वधिया गाना गाया जी इस बच्चे ने। हुण आपां काम करदे आं, आपां चलदे जी किचन दे अंदर ते देखदे आं कि दूसरी रेसिपी हैगी है, जिहने कि दूसरी डिश हैगी है मिक्स वेज टेरेन, कित्थे तक पहुंची है। आओ जी ते करिए जी टेस्टिंग। बिल्कुल सर। नमक ठीक सी जी चावलां च? सर फिर तुसीं डरा रहे हो ना। नहीं बस मैं तो इस तरह ही पूछ रहा जी। नहीं सर तुसीं पूछदे नहीं हो, मैं तो पूछ रहा। डरा दिंदे हो। क्या बात है, गर्मा गर्म। ओहो गरम बड़ा मैडम। सर ट्राई हो ना हुण। लो जी फिर दोस्तों, साढ़े शेफ हरपाल जी ने जिहड़ी दूजी डिश हैगी है मिक्स वेज टेरेन वो टेस्ट कर लेती है, यानी कि तुहाडी फेवरेट डिश। तुहानूं तां बहुत पसंद है अपनी वाइफ दी डिश, हुण इह डिश साढ़े शेफ हरपाल जी नूं पसंद आई है या फिर नहीं, इह तां सानूं फिर थोड़ी इंतजार करन तों बाद ही पता चलेगा, क्योंकि आपां एक छोटी जी ब्रेक लैन जा रहे हैं जी। तुसीं भी करो थोड़ा जिहा इंतजार, मिलदे आ जी फिर आपां एक छोटी जी ब्रेक तों बाद। इक्को ही गड़बड़ है जी। फिर बहुत वधिया डिश है सर, कह दो सर एक बार, कह दो प्लीज। ब्रेक तो बाद एक बार फिर तुहाडा बहुत बहुत स्वागत करते हैं जी पंजाब दे मसालेदार ते चटपटे शो दे विच। नाम है जसदा, पीटीसी पंजाबी प्रेजेंट्स पंजाब दे सुपर शेफ। दोस्तों जिवें कि मैं तुहानूं कहा सीगा, तुहानूं करना पएगा जी थोड़ा जिहा इंतजार इह जानण वास्ते कि साडे शेफ हरपाल जी जिहड़ी दूसरी डिश है मिक्स वेज टेरेन उस दे बारे की कहिंदे ने। हुण आपां ज़्यादा इंतजार ना करिए, क्योंकि इधर भी दिलां दीआं धड़कणां वध रहीआं ने। आपां चलदे आं किचन दे अंदर ते देखदे आं की कहिंदे ने शेफ हरपाल जी इस डिश दे बारे। सर जल्दी प्लीज, दिल दी धड़कन बहुत वध रही आ सर, तुहाडे हत्थां च है डिश, मतलब मेरी डिश ते बहुत उच्चे लैवल दी पहुंच गई है सर हुणे ही। सर मैं चुक्कन लगी हाँ, मैनू लगता है तुहानू मेरी डिश बहुत पसंद आई आ, तुसीं खाई जा रहे हो। इक्को ही गड़बड़ है जी। फिर बहुत वधिया डिश है सर, कह दो सर एक बार, कह दो प्लीज। डिश बहुत वधिया बनी है, लेयरिंग जबरदस्त है जी, देखो ते स्वाद ते हैगी है, ते हुण तुसीं की करोगे भाई? इन्नी मजेदार चीज आ, इहदा रीकैप ते तुसीं जरूर देखो जी, क्योंकि रीकैप नहीं देखोगे घर बना नहीं सकोगे भाई। मैनू ते पसंद आई है, लेकिन डिश च इन्ना दम हैगा कि नहीं, ये बलजीत जी नूं फाइनल लैके जाएगी कि नहीं, ये ते जी फाइनल च ही पता चलेगा जदों फाइनल दा पर्दा खुलेगा। मिक्स वेज टेरेन बनाने लई लोड़ है पालक बरीक कटी, कॉर्नफ्लावर, मैदा, लसुन बरीक कटिया, जायफल, प्रोसेस चीज, मशरूम, काले मिर्च, रेड एंड येलो बेल पेपर्स, उबले चावल, चिली सॉस, चिली फ्लेक, टोमेटो केचप, कॉर्नफ्लावर दा घोल, स्प्रिंग अनियन ते नमक स्वाद अनुसार। सब तो पहला पैन विच तेल गरम करो, ते लसुन, मशरूम ते स्वाद अनुसार नमक काले मिर्च पा के भुन लो। हुन पालक पा के उहदा पानी सुका लो, फिर थोड़ा जिहा जायफल पाओ, फिर मैदा ते दुध पा के भुन लो, फिर प्रोसेस चीज ग्रेट करके मिक्स करो, ते तैयार पालक नू अलग बाउल विच कढ़ लो। एक दूजे पैन विच तेल गरम करो, ते लसन ते बेल पेपर्स नू भुनो, उपरों चिली सॉस, चिली फ्लेक्स, टोमेटो केचप, नमक, काले मिर्च, कॉर्नफ्लावर दा घोल, उबले चावल, स्प्रिंग अनियंस पा के चावलां नू फ्राई कर लो। हुन एक बाउल विच फ्राइड राइस फैलाओ, उपर तैयार पालक मशरूम दी लेयर, फिर फ्राइड राइस दी लेयर, सब तो उपर प्रोसेस चीज ग्रेट करो, ते माइक्रोवेव विच 5 मिनट लई बेक कर लो। ते लो जी तैयार है टेस्टी मिक्स वेज टेरेन। मैडम दोवे डिशेस बलजीत जी जेड़ी तुसीं बनाई आ, हां जी बिल्कुल, बच्चियां नू ध्यान च रख के बनाई आ, ते मैं भी सोचा बच्चियां नू ध्यान च रख के ना एक सिंपल जी चीज़ बनाईए, आपां ना स्माइलीज फ्राई करांगे, उहदे नाल चीज सॉस बनावांगे जिहड़े बच्चियां वास्ते होएगा, ते नाल एक स्पाइसी टोमैटो सालसा वो बनावांगे वड्डियां वास्ते,
ਉਹਨਾਂ ਨੂੰ ਕਰਾਰਾ ਚਾਹੀਦਾ, ਬੱਚਿਆਂ ਨੂੰ ਇੱਕਦਮ ਕਰੀਮੀ ਚਾਹੀਦਾ। ਤੇ ਕੰਮ ਕਰੋ, ਤੇਲ ਜੀ ਮੈਂ ਇਹ ਗਗਨ ਦਾ ਗਰਮ ਕਰਨ ਵਾਸਤੇ ਰੱਖਤਾ, ਤੁਸੀਂ ਫਰਿੱਜ 'ਚੋਂ ਸਮਾਈਲੀ ਕੱਢ ਕੇ ਫਰਾਈ ਕਰੋ। ਠੀਕ ਹੈ, ਆਪਾਂ ਫਟਾਫਟ ਸਾਲਸਾ ਬਣਾ ਲੈਂਦੇ ਹਾਂ ਤੇ ਨਾਲ ਚੀਜ਼ ਸੌਸ। ਹੈਲੋ ਜੀ, ਵਾਹ, ਲਿਆਓ ਜੀ, ਆ ਗਿਆ ਜੀ। ਹੁਣ ਇਹਨੂੰ ਕੱਟ ਕੇ ਤੁਸੀਂ ਫਰਾਈ ਕਰ ਲਓ ਜੀ। ਇਹ ਜੀ ਤੇਲ ਗਰਮ ਹੋ ਹੀ ਰਿਹਾ ਇੱਥੇ, ਬਿਲਕੁਲ ਤੁਸੀਂ ਕਰ ਲਓ ਜੀ ਇਹਨੂੰ। ਇਹਨੂੰ ਰੱਖ ਦਿੰਦੇ ਇੱਥੇ, ਲਿਆਓ ਜੀ। ਜਦ ਤੱਕ ਇਹ ਫਰਾਈ ਹੁੰਦਾ ਤਦ ਤੱਕ ਅਸੀਂ ਫਟਾਫਟ ਇਹ ਲਓ ਜੀ, ਇਹਦੇ 'ਚ ਦੁੱਧ ਪਾ ਲਈਏ। ਬਹੁਤ ਹੀ ਸਿੰਪਲ, ਫਸਟ ਕਲਾਸ ਅਮੁਲ ਦਾ ਇਹ ਲਓ ਜੀ, ਇੰਨਾ ਜਿੰਨਾ ਕਾਫੀ ਹੈ। ਇਹਦੇ 'ਚ ਚੀਜ਼ ਪਾ ਦਿੰਦੇ, ਠੀਕ ਹੈ ਨਾ ਜੀ। ਆ ਜਿੰਨੀ ਚੀਜ਼ ਪਾਓਗੇ ਉਨਾ ਮਜ਼ਾ ਆਏਗਾ ਜੀ। ਇਹ ਲਓ, ਬਹੁਤ ਸਾਰਾ ਚੀਜ਼, ਅਸੀਂ ਵੀ ਤੁਹਾਡੇ ਤੋਂ ਹੀ ਇਨਸਪਾਇਰ ਹੋ ਗਏ ਜੀ। ਸਰ ਇਹਨਾਂ ਨੂੰ ਥੋੜ੍ਹਾ ਜਿਹਾ ਕਰੀਏ। ਇਹ ਲਓ ਜੀ, ਇਹ ਲਓ, ਬਿਲਕੁਲ ਲਓ ਜੀ। ਬਹੁਤ ਹੀ ਮਜ਼ੇਦਾਰ ਕਰੀਮੀ ਚੀਜ਼ ਸੌਸ ਬਣੇਗਾ ਜੀ। ਸਰ ਇਹਨਾਂ ਨੂੰ ਲਾਲ ਕਰਨਾ? ਬਿਲਕੁਲ ਜੀ, ਵਧੀਆ ਬਰਾਊਨ ਕਰਾਂਗੇ ਫਸਟ ਕਲਾਸ, ਤਾਂ ਕਿ ਕਰੰਚੀ ਹੋ ਜਾਣ, ਮਤਲਬ ਕ੍ਰਿਸਪੀ ਹੋ ਜਾਣ, ਖਾਣ ਵਾਸਤੇ ਮਜ਼ੇਦਾਰ ਹੋਣ ਜੀ। ਤੁਸੀਂ ਇਹਨੂੰ ਵੀ ਦੇਖਦੇ ਰਹੋ। ਸਾਲਸਾ ਬਣਾਉਣ ਵਾਸਤੇ ਕੀ ਕਰਨਾ ਮੈਂ ਤੁਹਾਨੂੰ ਇਹ ਦੱਸਦਾ ਜੀ। ਆਹ ਬੋਲ ਲੈ ਲਿਆ ਮੈਂ, ਬੋਲ 'ਚ ਆ ਫਰੈਸ਼ ਟਮੈਟੋ ਜਿਹੜੇ ਚੌਪ ਕੀਤੇ ਆ ਜੀ, ਇਹ ਲੈ ਲੈਣੇ, ਠੀਕ ਹੈ ਜੀ। ਠੀਕ ਹੈ ਜੀ। ਇਹਦੇ ਨਾਲ ਨਾਲ ਗ੍ਰੀਨ ਚਿੱਲੀ ਸੌਸ, ਕਿਉਂਕਿ ਕਰਾਰਾ ਬਣਾਉਣਾ, ਵਿਨੀਗਰ ਵੀ ਹੈਗਾ ਇਹਦੇ 'ਚ, ਇਹ ਮੇਰਾ ਇਨਵੈਂਸ਼ਨ ਹੈ ਜੀ। ਨਾਲ ਨਾਲ ਟਮੈਟੋ ਸੌਸ, ਠੀਕ ਹੈ ਜੀ, ਮਿੱਠਾ। ਇਹਦੇ ਨਾਲ ਨਾਲ ਕੈਪਸੀਕਮ, ਇਹਦੇ ਨਾਲ ਨਾਲ ਪਿਆਜ਼, ਹੈਲੋ ਜੀ, ਇਹਦੇ ਨਾਲ ਨਾਲ ਫਸਟ ਕਲਾਸ ਪੰਜਾਬੀ ਧਨੀਆ। ਤੁਸੀਂ ਦੇਖੋ ਕਿ ਇੰਨਾ ਜ਼ਬਰਦਸਤ ਤੁਹਾਡਾ ਸਾਲਸਾ ਬਣ ਰਿਹਾ ਹੈ ਕਿ ਦੂਰੋਂ ਹੀ ਦੇਖਣ ਵਾਲਾ ਕਿ ਮਜ਼ਾ ਆ ਗਿਆ ਨਾ, ਮੈਂ ਖਾਣਾ ਹੀ ਖਾਣਾ ਹੈ। ਹੈ ਜੀ, ਹੈਲੋ, ਆ ਪਾਤਾ ਜੀ ਨੂਨ ਇਹਦੇ 'ਚ, ਇਹਦੇ ਨਾਲ ਨਾਲ ਪਾਤਾ ਜੀ ਚਿੱਲੀ ਫਲੇਕਸ, ਜਿਹੜੀਆਂ ਜਿਹੜੀਆਂ ਚੀਜ਼ਾਂ ਮੈਨੂੰ ਦਿਖੀਆਂ ਇੱਥੇ ਮੈਂ ਪਾ ਦਿੰਦਾ, ਅਤੇ ਆਹ ਲੈਮਨ ਜੂਸ। ਸਰ ਚਟਪਟਾ ਖਾਣਾ ਚਾਹੁੰਦੇ ਆ? ਬਸ ਆਹ ਸਾਰੇ ਚਟਪਟਾ ਹੀ ਬਣਾ ਰਿਹਾ ਜੀ। ਆਹ ਲਓ ਦੇਖੋ, ਇਹ ਪਾਤੀ ਜੀ ਇਹਦੇ 'ਚ, ਹੁਣ ਦੇਖੋ ਜੀ ਸਾਲਸੇ ਦਾ ਮਜ਼ਾ। ਆਹ ਦੇਖੋ, ਆਹ ਹੋ ਗਈ ਜੀ, ਇਹ ਦੇਖੋ ਜੀ, ਇਹ ਵੀ ਹੋ ਗਿਆ। ਗੱਲਾਂ ਬਾਤਾਂ ਕਰਦੇ ਕਰਦੇ ਇਹ ਵੀ ਹੋ ਗਿਆ। ਇਹ ਤੁਹਾਡੀ ਤਿਆਰੀ ਮੈਂ ਇੱਥੇ ਕਰਕੇ ਰੱਖਤੀ ਜੀ। ਇਹ ਲਓ, ਆਹ ਮਜ਼ਾ ਆ ਗਿਆ ਨਾ। ਇਹ ਲਓ ਜੀ, ਤਿਆਰੀ ਕਰ ਲੈਂਦੇ ਹਾਂ ਥੋੜ੍ਹੀ ਜਿਹੀ ਕਰੀਮ ਵਾਲੀ ਸੌਸ ਨੂੰ, ਥੋੜ੍ਹਾ ਜਿਹਾ ਹੋਰ ਪਕਾ ਲੈਂਦੇ ਤਾਂ ਕਿ ਹੋਰ ਚੀਜ਼ ਹੀ ਬਣ ਜਾਏ। ਲਓ ਜੀ ਮੈਡਮ, ਸੌਸ ਰੈਡੀ। ਸੌਸ ਨੂੰ ਨਾ, ਆਹ ਲਓ ਜੀ, ਇਹਨੂੰ ਇਹਦੇ 'ਚ ਮੈਂ ਬੋਲ 'ਚ ਕੱਢ ਲਾਂ ਜੀ। ਆਹ ਵਧੀਆ ਗਾੜਾ ਸੌਸ, ਓ ਹੋ ਹੋ, ਆਹ ਦੇਖੋ ਬਿਲਕੁਲ ਕਰੀਮੀ ਹੈ, ਫੋਂਦੂ ਸੌਸ ਵਰਗਾ ਸੌਸ। ਤੁਸੀਂ ਮੈਨੂੰ ਟੈਨਸ਼ਨ ਦੇ ਸਕਦੇ ਹੋ, ਮੈਂ ਤਦ ਤੱਕ ਤਿਆਰੀ ਕਰ ਲੈਂਦਾ ਜੀ। ਬਿਲਕੁਲ ਟੇਸਟ ਕਰੋ ਜੀ, ਮੈਨੂੰ ਪਤਾ ਤੁਹਾਡੇ ਮੂੰਹ 'ਚ ਪਾਣੀ ਆ ਰਿਹਾ, ਉਦੋਂ ਦਾ ਸੋਚ ਰਹੇ ਹੋ ਕਿ ਹੋ ਕੀ ਰਿਹਾ ਹੈ, ਮੈਂ ਵੇਖਣਾ ਹੀ ਨਹੀਂ ਜੀ। ਸਮਾਈਲੀਜ਼ ਨੂੰ ਵੇਖ ਰਿਹਾ, ਬਸ ਸਮਾਈਲ ਕਰ ਰਹੇ ਨੇ। ਬਹੁਤ ਜ਼ਿਆਦਾ ਨਮਕ, ਬਹੁਤ ਜ਼ਿਆਦਾ, ਮੈਨੂੰ ਤੇ ਉਸ ਤਰ੍ਹਾਂ ਵੀ ਲੱਗਦਾ ਕਿ ਨਮਕ ਜ਼ਿਆਦਾ ਹੀ ਹੋਣਾ ਚਾਹੀਦਾ। ਤੁਸੀਂ ਮੇਰੀ ਡਿਸ਼ 'ਚ ਨਮਕ ਕਿਹਾ ਸੀ ਨਾ, ਹਾਂ ਮੈਂ ਬਦਲਾ ਲਿਆ। ਓਹ ਹੋ ਹੋ, ਬਹੁਤ ਜ਼ਿਆਦਾ ਨਮਕ, ਬਹੁਤ ਜ਼ਿਆਦਾ, ਇਹ ਡਿਸ਼ 'ਚ ਜੀ ਨਮਕ ਜ਼ਿਆਦਾ ਹੀ ਚਾਹੀਦਾ ਹੈ, ਇਹ ਡਿਸ਼ ਹੀ ਇਹੋ ਜਿਹੀ ਹੈ। ਸਰ ਮੈਂ ਨਾ ਫੈਨ ਹੋ ਗਈ ਆ ਸਾਲਸੇ ਦੀ। ਫੈਨ ਹੋ ਗਿਆ ਜੀ? ਬਿਲਕੁਲ, ਇਹ ਜਿਹੜਾ ਵੀ ਬਣਾ ਕੇ ਖਾਏਗਾ ਨਾ, ਤੁਹਾਡੇ ਫੈਨ ਤੇ ਹੈ ਹੀ ਹੈ। ਹਾਂ, ਇਹਦੇ ਵੀ ਹੋ ਗਏ ਆ, ਸਾਲਸੇ ਦੇ ਵੀ ਹੋ ਗਏ ਜੀ। ਬਿਲਕੁਲ, ਹੈ ਲਓ ਜੀ, ਆਹਾ। ਸਰ ਇਹ ਸਿਰਫ ਮੈਂ ਖਾਊਂਗੀ, ਨੰਬਰ 1। ਬਿਲਕੁਲ, ਸਾਰੇ, ਮੈਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੇਣਾ। ਇਹਨੂੰ ਮੈਂ ਸਜਾ ਲੈਣਾ ਜੀ ਠੀਕ ਤਰ੍ਹਾਂ। ਇਹ ਲਓ, ਆਹਾ, ਕਿਆ ਬਾਤ ਹੈ, ਦੇਖੋ। ਤੇ ਮੈਡਮ, ਹੁਣ ਖਾਣ ਦੇ ਦੋ ਤਰੀਕੇ ਨੇ ਇਹਦੇ, ਮੈਂ ਤੁਹਾਨੂੰ ਦੱਸਾਂ। ਇਹ ਸਟਿਕਸ ਵੀ ਰੱਖੀ ਮੈਂ, ਸਮਾਈਲੀਜ਼ ਵੀ ਰੱਖੀ ਹੈ, ਅਤੇ ਮੈਂ ਆਹ ਸਾਤੇ ਸਟਿਕ ਰੱਖੀ ਹੈ। ਜਿਸ ਤਰ੍ਹਾਂ ਫੋਂਦੂ ਸਟਿਕਸ ਹੁੰਦੀ ਹੈ ਨਾ, ਉਹਦਾ ਮਤਲਬ ਇਹਨੂੰ ਲੈਣਾ ਇਸ ਤਰ੍ਹਾਂ, ਅਤੇ ਜਿਹੜੇ ਬੱਚੇ ਆ, ਆਹ ਦੇਖੋ ਜੀ ਫਸਟ ਕਲਾਸ, ਅਤੇ ਜਿਹੜੇ ਬੱਚੇ ਆ ਉਹ ਆ ਚੀਜ਼ ਸੌਸ 'ਚ ਡੁਬਾਉਣ। ਓਹੋ, ਆਹ ਲਓ ਜੀ, ਚੀਜ਼ੀ ਲੋਲੀਪੋਪ। ਵਾਹ, ਕਿਆ ਨਾਮ ਦੱਸਿਆ ਜੀ। ਹੁਣ ਇਹ ਕਿਉਂਕਿ ਤੁਸੀਂ ਖਾ ਰਹੇ ਹੋ, ਅਤੇ ਤੁਹਾਡੇ ਵਾਸਤੇ ਨਾ ਮੈਂ ਇੱਕ ਅਰੇਂਜਮੈਂਟ ਕਰ ਦਿੰਦਾ ਇੱਕਦਮ। ਅਤੇ ਤੁਸੀਂ ਕੀ ਨਾਮ ਦੱਸਿਆ ਜੀ? ਚੀਜ਼ੀ ਸਮਾਈਲੀ ਲੋਲੀਪੋਪ ਵਿਦ ਸਾਲਸਾ। ਹੈਲੋ ਜੀ, ਇਸ ਤੋਂ ਵਧੀਆ ਤੁਹਾਨੂੰ ਹੋਰ ਕੁਝ ਮਿਲੇਗਾ ਨਹੀਂ ਹੁਣ। ਵਾਹ, ਕਿਆ ਬਾਤ ਹੈ, ਇਹ ਦੇਖੋ ਜੀ ਸਿੰਪਲ ਚੀਜ਼ਾਂ, ਬੜੀ ਮਜ਼ੇਦਾਰ ਚੀਜ਼ੀ ਕੰਬੀਨੇਸ਼ਨ ਸਾਲਸਾ ਦਾ। ਸਾਡੇ ਵਾਲੇ ਤਾਂ, ਮੈਨੂੰ ਤਾਂ ਲੱਗਦਾ ਜੀ ਮੈਂ ਸਾਲਸਾ ਹੀ ਟੇਸਟ ਕਰਾਂ। ਨਹੀਂ ਸਰ, ਬਹੁਤ ਹੀ ਜ਼ਬਰਦਸਤ ਹੈ ਨਾ, ਸਮਾਈਲੀ ਹੈ ਨਾ ਜਿਹੜੀ,
ਉਹਦੇ ਉੱਤੇ ਇੱਕ ਰੌਣਕ ਲੱਗ ਗਈ ਆ ਬਸ ਜੀ ਰੌਣਕ ਲੱਗ ਗਈ ਤੇ ਅਸੀਂ ਹੁਣ ਤੁਹਾਨੂੰ ਮਿਲਦੇ ਆ ਰੌਣਕਾਂ ਲਾਉਨੇ ਸਾਰੇ ਪਰਿਵਾਰ ਨਾਲ ਮਿਲਦੇ ਸਾਰੀਆਂ ਮੈਂ ਖਾਣੀਆਂ ਸਾਰੀਆਂ ਬਿਲਕੁਲ ਹੱਸਦੇ ਹੱਸਦੇ ਖਾਓ ਜੀ ਮੈਂ ਕਿਸੇ ਨੂੰ ਵੀ ਨਹੀਂ ਦੇਣੀਆਂ ਹੱਸਦੇ ਹੱਸਦੇ ਖਾਓ ਇਹ ਟੇਸਟੀ ਬਣੀ ਆ ਨਾ ਸਰ ਸੁਪਰਬ ਮਜ਼ਾ ਆ ਗਿਆ ਹਾਂਜੀ ਬਿਲਕੁਲ ਚਲੋ ਜੀ ਚੀਜ਼ੀ ਸਮਾਈਲੀ ਲੋਲੀਪੌਪ ਬਣਾਉਣ ਲਈ ਲੋੜ ਹੈ ਚੀਜ਼ ਦੁੱਧ ਗ੍ਰੀਨ ਚਿੱਲੀ ਸੌਸ ਟੋਮੈਟੋ ਸੌਸ ਬਰੀਕ ਕੱਟੇ ਸ਼ਿਮਲਾ ਮਿਰਚ ਟਮਾਟਰ ਪਿਆਜ਼ ਧਨੀਆ ਚਿੱਲੀ ਫਲੇਕਸ ਨਿੰਬੂ ਦਾ ਰਸ ਅਤੇ ਨਮਕ ਸਵਾਦ ਅਨੁਸਾਰ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਤੇਲ ਗਰਮ ਕਰਕੇ ਮੈਕਨ ਦੇ ਸਮਾਈਲੀਜ਼ ਫਰਾਈ ਕਰ ਲਓ ਹੁਣ ਦੂਜੇ ਪੈਨ ਵਿੱਚ ਦੁੱਧ ਗਰਮ ਕਰਕੇ ਉਹਦੇ ਚੀਜ਼ ਪਾ ਕੇ ਗਾੜਾ ਹੋਣ ਤੱਕ ਚਲਾਉਂਦੇ ਰਹੋ ਹੁਣ ਸਾਲਸਾ ਸੌਸ ਬਣਾਉਣ ਲਈ ਇੱਕ ਬੋਲ ਵਿੱਚ ਕੱਟੇ ਹੋਏ ਟਮਾਟਰ ਗ੍ਰੀਨ ਚਿੱਲੀ ਸੌਸ ਟੋਮੈਟੋ ਸੌਸ ਬਰੀਕ ਕੱਟੇ ਸ਼ਿਮਲਾ ਮਿਰਚ ਪਿਆਜ਼ ਧਨੀਆ ਸਵਾਦ ਅਨੁਸਾਰ ਨਮਕ ਚਿੱਲੀ ਫਲੇਕ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਫਰਾਈਡ ਸਮਾਈਲੀਜ਼ ਨੂੰ ਚੀਜ਼ੀ ਡਿਪ ਅਤੇ ਸਾਲਸਾ ਸੌਸ ਨਾਲ ਸਰਵ ਕਰੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪੰਜਾਬ ਦੇ ਚਟਪਟੇ ਮਸਾਲੇਦਾਰ ਸ਼ੋਅ ਦੇ ਵਿੱਚ ਨਾਮ ਹੈ ਜਿਸਦਾ ਪੀਟੀਸੀ ਪੰਜਾਬੀ ਪ੍ਰੈਜ਼ੈਂਟਸ ਪੰਜਾਬ ਦੇ ਸੁਪਰ ਸ਼ੈਫ ਸੋ ਸ਼ੈਫ ਹਰਪਾਲ ਜੀ ਜੀ ਤਿੰਨੋਂ ਡਿਸ਼ਸ ਸਾਡੇ ਸਾਹਮਣੇ ਪਈਆਂ ਨੇ ਮਜ਼ੇਦਾਰ ਇਸ ਦੇ ਬਾਰੇ ਵੇਟ ਕਿਉਂ ਕਰ ਰਹੇ ਮਤਲਬ ਖਾਣ ਦੇ ਬਾਰੇ ਵੇਟ ਕਿਉਂ ਕਰ ਰਹੇ ਕਿ ਕੁਝ ਕਹਿਣਾ ਚਾਹੋਗੇ ਇਸ ਦੇ ਬਾਰੇ ਜਿਹੜੀ ਵੀ ਮੈਡਮ ਨੇ ਡਿਸ਼ਸ ਬਣਾਈਆਂ ਅੱਛਾ ਜੀ ਜਾਂ ਜਿਹੜੀ ਰੈਸਿਪੀਸ ਕਰ ਲਈ ਸੀ ਉਹਨਾਂ 'ਚ ਪ੍ਰੋਫੈਸ਼ਨਲਿਜ਼ਮ ਕਾਫੀ ਦੇ ਦਾ ਵੈਜੀਟੇਰੀਅਨ ਹੈ ਪ੍ਰੈਜੈਂਟੇਸ਼ਨ ਬਹੁਤ ਵਧੀਆ ਜੀ ਬਿਲਕੁਲ ਇਹ ਦੂਜਾ ਜਿਹੜਾ ਹੈ ਇਹ ਸਟਾਰਟਰਸ ਦੇ ਰੂਪ 'ਚ ਕ੍ਰਿਸਪੀ ਕ੍ਰੀਮੀ ਕ੍ਰੋਕੇਟਸ ਟ੍ਰਿਪਲ ਸੀ ਤੇ ਨਾਲ ਨਾਲ ਇਹ ਅਸੀਂ ਵੀ ਥੋੜਾ ਜਿਹਾ ਕਮਾਲ ਕਰਤਾ ਕਿਉਂਕਿ ਇਹ ਜਿਹੜੀ ਡਿਸ਼ਿਸ ਜਦੋਂ ਬਣਨ ਡਿਆ ਸੀ ਨਾ ਮੈਂ ਸੋਚ ਕੇ ਤੇ ਆਇਆ ਸਾ ਕੁਛ ਹੋਰ ਨਹੀਂ ਸੋਚਿਆ ਕਿ ਮੈਡਮ ਬਿਲਕੁਲ ਪ੍ਰੋਫੈਸ਼ਨਲੀ ਬਣਾ ਰਹੇ ਨੇ ਤੇ ਡਿਸ਼ਿਸ ਵੀ ਇੱਕਦਮ ਪ੍ਰੋਫੈਸ਼ਨਲ ਹੈ ਬਟ ਜਦੋਂ ਬਣਨ ਲੱਗੀਆਂ ਕਾਫੀ ਜ਼ਿਕਰ ਬੱਚਿਆਂ ਦਾ ਆਉਣ ਲੱਗ ਪਿਆ ਤੇ ਮੈਨੂੰ ਫਿਰ ਇਹ ਵੀ ਲੱਗਿਆ ਕਿ ਇਹ ਜਿਹੜੀ ਡਿਸ਼ ਹੈ ਨਾ ਬਿਲਕੁਲ ਕੰਪਲੀਟ ਡਿਸ਼ ਹੈ ਫੈਮਿਲੀ ਵਾਸਤੇ ਫਿਰ ਮੈਂ ਸੋਚਿਆ ਕਿ ਇਹ ਬੱਚਿਆਂ ਵਾਸਤੇ ਚੀਜ਼ਾਂ ਬਣ ਰਹੀਆਂ ਤੇ ਕਿਉਂ ਨਾ ਬੱਚੇ ਨੂੰ ਹਸਾਉਣ ਵਾਸਤੇ ਮੈਂ ਵੀ ਕੁਛ ਕਰਦਾ ਤੇ ਅਸੀਂ ਦੋ ਕੰਬੀਨੇਸ਼ਨ ਕਰਤੇ ਜੀ ਅੱਛਾ ਇੱਕ ਤਾਂ ਬੱਚਿਆਂ ਵਾਸਤੇ ਚੀਜ਼ ਸੌਸ ਬਣਾਤਾ ਦੂਜਾ ਜਿਹੜੇ ਮਤਲਬ ਚਟਪਟੇ ਕਰਾਰੇ ਖਾਣ ਵਾਸਤੇ ਉਹਨਾਂ ਵਾਸਤੇ ਕੁਇਕ ਹੋਮਮੇਡ ਟਮਾਟੋ ਸਾਲਸਾ ਮੂੰਹ 'ਚ ਉਸ ਤਰ੍ਹਾਂ ਪਾਣੀ ਆ ਜਾਏ ਗਿਆ ਵਾਕਈ ਦੇਖ ਕੇ ਉਹ ਇੱਕ ਚਮਚ ਖਾਣ ਨਾਲ ਬੰਦਾ ਉਸ ਤਰ੍ਹਾਂ ਡਿੱਗ ਪੈਂਦਾ ਹੈ ਵਾਕਈ ਜੀ ਤੇ ਫਿਰ ਸ਼ੈਫ ਹਰਪਾਲ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਫਿਰ ਅਸੀਂ ਖਾ ਲੱਗ ਜਾਓ ਜੀ ਹੁਣ ਇਹ ਜ਼ਿਆਦਾ ਟਾਈਮ ਵੇਸਟ ਕਰਨ ਵਾਲੀ ਚੀਜ਼ਾਂ ਨਹੀਂ ਹੈ ਬਿਲਕੁਲ ਲਓ ਜੀ ਹੁਣ ਬੇਸ਼ਰਮ ਹੋਣਾ ਹੋ ਜਾਣਾ ਚਾਹੀਦਾ ਖਾਣ ਪੀਣ ਦੇ ਮਾਮਲੇ ਦੇ ਵਿੱਚ ਪਲੇਟਾਂ ਆਪਣੀਆਂ ਤੁਸੀਂ ਚੱਕ ਲਓ ਬਿਲਕੁਲ ਜੀ ਫੜੋ ਚਲੋ ਐਨੀਵੇਜ਼ ਬਹੁਤ ਵਧੀਆ ਲੱਗਿਆ ਜੀ ਬਹੁਤ ਕਮਾਲ ਦੀ ਡਿਸ਼ਿਜ਼ ਨੇ ਬਿਲਕੁਲ ਸੋ ਸ਼ੈਫ ਹਰਪਾਲ ਜੀ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਦੇ ਘਰੇ ਜਾਂਦੇ ਹੋ ਤੇ ਤੁਸੀਂ ਇੱਕ ਐਪਰੀਸ਼ੀਏਸ਼ਨ ਅਵਾਰਡ ਵੀ ਦਿੰਦੇ ਹੋ ਬਿਲਕੁਲ ਜੀ ਇਹ ਬਹੁਤ ਜ਼ਰੂਰੀ ਹੈ ਇਹ ਦੇਖੋ ਬੇਟਾ ਲਓ ਤੁਹਾਡੇ ਵਾਸਤੇ ਐਕਚੁਅਲੀ ਇਹ ਜਿਹੜੀਆਂ ਦੋਵੇਂ ਡਿਸ਼ਿਜ਼ ਹੈ ਨਾ ਬਿਲਕੁਲ ਅਵਾਰਡ ਦੇ ਹੱਕਦਾਰ ਹੈ ਤੇ ਮੈਨੂੰ ਉਸ ਤਰ੍ਹਾਂ ਵੀ ਲੱਗਦਾ ਕਿ ਜਿਹੜੇ ਹੋਮਮੇਕਰ ਹੈ ਨਾ ਜਿਹੜੇ ਇੱਕ ਕਦਮ ਅੱਗੇ ਨਿਕਲ ਕੇ ਦੁਨੀਆਂ ਨੂੰ ਆਪਣੀ ਕਲਾ ਦਿਖਾਉਣਾ ਚਾਹੁੰਦੇ ਅਤੇ ਸਾਡੇ ਵਰਗੇ ਜਿਹੜੇ ਪਲੈਟਫਾਰਮ ਅਸੀਂ ਖੜ੍ਹੇ ਕਰਦੇ ਹਾਂ ਮਤਲਬ ਪੰਜਾਬ ਦੇ ਸੁਪਰ ਸ਼ੈਫ ਇਹਨਾਂ 'ਚ ਜਿਨ੍ਹਾਂ ਨੂੰ ਸਿਲੈਕਟ ਕੀਤਾ ਅਸੀਂ ਸਾਰਿਆਂ ਨੂੰ ਓਨਰ ਕਰ ਰਹੇ ਹਾਂ ਹੁਣ ਉਹ ਫਾਈਨਲ 'ਚ ਜਾਣਗੇ ਕਿ ਨਹੀਂ ਇਹ ਤਾਂ ਬਾਅਦ 'ਚ ਗੱਲ ਹੈ ਬਟ ਓਨਰ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਸੁਸਾਇਟੀ ਨੂੰ ਵੀ ਪਤਾ ਚੱਲਣਾ ਚਾਹੀਦਾ ਪੰਜਾਬ ਨੂੰ ਪਤਾ ਚੱਲਣਾ ਚਾਹੀਦਾ ਕਿ ਪੰਜਾਬ ਦੇ ਸੁਪਰ ਸ਼ੈਫ ਕਿੰਨੇ ਸਾਰੇ ਹੈਗੇ ਜੀ ਇਸੇ ਕਰਕੇ ਮੈਡਮ ਤੁਸੀਂ ਕੰਮ ਤਾਂ ਬਹੁਤ ਵਧੀਆ ਕੀਤਾ ਅਤੇ ਹੁਣ ਇਹ ਕੱਢ ਲਈਏ ਜੀ ਆਸਤੇ ਜੀ ਹੈਲੋ ਜੀ ਗਗਨ ਆਇਲ ਵੱਲੋਂ ਤੁਹਾਨੂੰ ਵਾਊਚਰ ਮਿਲ ਰਿਹਾ ਬਹੁਤ ਵਧੀਆ ਸ਼ੋਪਿੰਗ ਕਰੋ ਵਾਊਚਰ ਨੂੰ ਇਸਤੇਮਾਲ ਕਰੋ ਇਸ ਤਰ੍ਹਾਂ ਹੀ ਵਧੀਆ ਜਿਹੀਆਂ ਚੀਜ਼ਾਂ ਬਣਾ ਕੇ ਖਵਾਉਂਦੇ ਰਹੋ ਅਤੇ ਇਸ ਤਰ੍ਹਾਂ ਹੀ ਵਧੀਆ ਕੰਮ ਕਰਦੇ ਰਹੋ ਸ਼ੈਫ ਹਰਪਾਲ ਜੀ ਹੁਣ ਆਪਾਂ ਨੈਕਸਟ ਕੰਟੈਸਟੈਂਟ ਦੇ ਘਰੇ ਚੱਲਾਂਗੇ ਬਿਲਕੁਲ ਮੈਂ ਤਾਂ ਜੀ ਇੱਥੋਂ ਨਿਕਲਦਾ ਅਤੇ ਮੈਂ ਆਪਣੀ ਤਿਆਰੀ ਕਰਵਾਉਣਾ ਸਰ ਤੁਸੀਂ ਆਪਣਾ ਕੰਮ ਖਤਮ ਕਰਕੇ ਸਾਡੇ ਪਿੱਛੇ ਪਿੱਛੇ ਆਓ ਜੀ ਮੈਂ ਇਜਾਜ਼ਤ ਲਵਾਂ ਜੀ ਬਿਲਕੁਲ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਥੈਂਕ ਯੂ ਸਾਹਿਲ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਇੱਕ ਵਾਰੀ ਸ਼ੈਫ ਹਰਪਾਲ ਜੀ ਲਈ ਜ਼ੋਰਦਾਰ ਤਾੜੀਆਂ ਜੀ ਆਓ ਜੀ ਬੈਠੋ ਕਿਆ ਬਾਤ ਹੈ ਜੀ ਸੋ ਮੈਮ ਅਸੀਂ ਤੁਹਾਡੀ ਡਿਸ਼ਿਜ਼ ਵੀ ਚੱਕ ਚੁੱਕੇ ਹਾਂ ਟੇਸਟ ਕਰ ਚੁੱਕੇ ਹਾਂ ਤਾਰੀਫ ਵੀ ਹੋ ਚੁੱਕੀ ਹੈ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚ ਜਾਓਗੇ ਪੂਰੀ ਉਮੀਦ ਆ
ਪੂਰੀ ਮੈਨੂੰ ਆਪਣੇ ਆਪ ਤੇ ਕੰਫੀਡੈਂਸ ਰੱਬ ਤੇ ਸਭ ਤੋਂ ਵੱਡਾ। ਅੱਛਾ ਮੈਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਇੰਨੀ ਸਾਰੀ ਡਿਸ਼ਸ ਬਣਾਉਂਦੇ ਹੋ ਤੇ ਬਰਤਨਾਂ ਦੇ ਨਾਲ ਯਾਨੀ ਕਿ ਭਾਂਡਿਆਂ ਦੇ ਨਾਲ ਤੇਲ ਵੀ ਚਿਪਕ ਜਾਂਦਾ ਹੈ, ਆਇਲੀ ਬਰਤਨ ਹੋ ਜਾਂਦੇ ਨੇ, ਫਿਰ ਉਸ ਨੂੰ ਸਾਫ਼ ਕਰਨ ਦੇ ਲਈ ਤੁਸੀਂ ਕੀ ਕਰਦੇ ਹੋ? ਬਸ ਵਿਮ ਲਿਕਵਿਡ 100 ਨਿੰਬੂਆਂ ਦੀ ਸ਼ਕਤੀ ਆ ਉਹਦੇ ਵਿੱਚ। ਅੱਛਾ ਜੀ। ਅਸੀਂ ਇੱਕ ਚਮਚ ਇੱਕ ਕੌਲੀ ਪਾਣੀ ਵਿੱਚ ਘੋਲ ਦੇਣਾ ਹੈ ਤੇ ਉਹਦੇ ਨਾਲ ਕਿੰਨੇ ਸਾਰੇ ਬਰਤਨ ਬਿਲਕੁਲ ਐ ਚਮਕਦੇ ਹੋਣਗੇ। ਐਦਾਂ ਨਹੀਂ ਜੀ, ਕਹਿ ਕੇ ਕੁਝ ਨਹੀਂ ਹੋਣਾ, ਇਹ ਕਰਕੇ ਦਿਖਾਉਣਾ ਪੈਣਾ ਤੁਹਾਨੂੰ। ਚਲਿਏ ਫਿਰ ਕਿਚਨ ਦੇ ਅੰਦਰ। ਬਿਲਕੁਲ ਬਿਲਕੁਲ। ਸੋ ਬਲਜੀਤ ਕੌਰ ਜੀ, ਤੁਸੀਂ ਮੈਨੂੰ ਦੱਸਿਆ ਸੀਗਾ ਕਿ ਇਸ ਵਿਮ ਦੇ ਵਿੱਚ 100 ਨਿੰਬੂਆਂ ਦੀ ਸ਼ਕਤੀ ਹੈਗੀ ਹੈ, ਹੁਣ ਇਹ ਸ਼ਕਤੀ ਸਾਨੂੰ ਦਿਖਾਓ ਕਿਹੋ ਜੀ ਸ਼ਕਤੀ ਹੈ ਇਹ। ਬਿਲਕੁਲ ਹੁਣੇ ਦਿਖਾ ਦਿੰਦੇ ਆ। ਅਸੀਂ ਕੀ ਕਰਨਾ ਹੈ, ਇੱਕ ਬਾਉਲ 'ਚ ਅਸੀਂ ਥੋੜਾ ਜਿਹਾ ਪਾਣੀ ਲਿਆ ਹੈ। ਠੀਕ ਹੈ ਜੀ, ਜਿਵੇਂ ਆਲਰੇਡੀ ਪਿਆ ਹੋਇਆ ਹੈ। ਸਿਰਫ ਇੱਕ ਚਮਚ ਸਾਰਾ ਪਾਣੀ ਬਣਾ ਲਿਆ ਹੈ। ਇਹਨਾਂ ਇਹਦੇ ਨਾਲ ਹੀ ਅਸੀਂ ਕਿੰਨੇ ਸਾਰੇ ਬਰਤਨ ਧੋ ਲੈਣੇ ਆ। ਓਕੇ, ਕੀ ਬਾਤ ਹੈ। ਥੋੜਾ ਜਿਹਾ ਪਾਣੀ ਚਲਾ ਲਈਏ। ਹਾਂਜੀ ਬਿਲਕੁਲ। ਆ ਵੇਖੋ ਆ ਕਿੰਨਾ ਤੇਲ ਲੱਗ ਰਿਹਾ ਹੈ, ਲੱਗ ਰਿਹਾ ਹੈ ਕਿੰਨਾ ਓਇਲੀ ਆ। ਬਿਲਕੁਲ ਜੀ। ਪਰ ਇਹ ਕਿੰਨੇ ਕੰਮ ਕਰਨਾ ਹੈ, ਸਿਰਫ ਵਿਮ ਨੇ। ਬਿਲਕੁਲ, ਇਹ ਦੇਖੋ ਚੱਗ ਦੇਖੋ। ਓਕੇ, ਇਹ ਦੇਖੋ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਕਿ ਓਇਲ ਬਿਲਕੁਲ ਨਹੀਂ। ਤੁਹਾਨੂੰ ਨਜ਼ਰ ਆ ਰਹੀ ਨਾ 100 ਨਿੰਬੂਆਂ ਦੀ ਸ਼ਕਤੀ? ਦੇਖੋ ਜੀ, ਇਹ ਤਾਂ ਹੁਣ ਧੋਣ ਤੋਂ ਬਾਅਦ ਹੀ ਪਤਾ ਚੱਲੂਗਾ। ਇਹ ਦੇਖੋ ਜੀ ਬਿਲਕੁਲ ਬਿਲਕੁਲ ਸਾਫ਼, ਇਹ ਦੇਖੋ। ਕਿਆ ਬਾਤ ਹੈ ਜੀ। ਲਓ ਜੀ, ਇਹਨੇ ਤਾਂ ਸਾਨੂੰ ਪ੍ਰੂਫ ਕਰਕੇ ਦਿਖਾ ਦਿੱਤਾ ਕਿ ਇਸ ਦੇ ਵਿੱਚ ਹੈਗੀ ਹੈ ਜੀ 100 ਨਿੰਬੂਆਂ ਦੀ ਸ਼ਕਤੀ, ਯਾਨੀ ਕਿ ਵਿਮ ਲਿਕੁਇਡ ਜਲ ਦੇ ਵਿੱਚ। ਇਸੇ ਕਰਕੇ ਤਾਂ ਅਸੀਂ ਕਹਿੰਦੇ ਹਾਂ ਜੀ, ਸਿਰਫ ਇੱਕ ਚਮਚ ਖੋਲੋ ਔਰ ਇੱਕ ਸਾਰੇ ਸਾਰੇ ਬਰਤਨ ਧੋ ਲਓ। ਕਿਆ ਬਾਤ ਹੈ। ਆਓ ਜੀ ਫਿਰ ਚੱਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਨਵੇਂ ਕੰਟੈਸਟੈਂਟ ਨੂੰ ਲੈ ਕੇ, ਇੱਕ ਹੋਰ ਨਵੀਂ ਰੈਸਿਪੀਜ਼ ਨੂੰ ਲੈ ਕੇ। ਹੁਣ ਦਿਓ ਜੀ ਆਪਣੇ ਸਾਹਿਲ ਵੀਡੀਓ ਲੈਣ ਨੂੰ ਇਜਾਜ਼ਤ। ਦੇਖਦੇ ਰਹੋ PTC ਪੰਜਾਬੀ। ਜਾਂਦੇ ਜਾਂਦੇ ਕਹਿਣਾ ਚਾਹੂੰਗਾ ਜੀ, ਸਾਡੇ ਇਸ ਸ਼ੋਅ ਦੇ ਕੁਕਿੰਗ ਆਇਲ ਪਾਰਟਨਰ ਗਗਨ ਕੁਕਿੰਗ ਆਇਲ। ਜਹਾਂ ਗਗਨ ਵਹਾਂ ਜਸ਼ਨ, ਜਹਾਂ ਜਸ਼ਨ ਵਹਾਂ ਗਗਨ। ਡਿਸ਼ ਵਾਸ਼ਿੰਗ ਪਾਰਟਨਰ ਨੇ ਵਿਮ ਲਿਕੁਇਡ ਜਲ, ਸਿਰਫ ਇੱਕ ਚਮਚ ਖੋਲੋ ਔਰ ਇੱਕ ਟਾਈਮ ਕੇ ਸਾਰੇ ਬਰਤਨ ਧੋ ਲੋ। ਡਿਜ਼ਰਟ ਪਾਰਟਨਰ ਨੇ ਸ਼ੂਗਰ ਫ੍ਰੀ ਨੈਚੁਰਾ, ਮੀਠਾ ਵੀ ਡਾਇਟ ਵੀ। ਹੈਲਥ ਪਾਰਟਨਰ ਨੇ ਐਕਵਾਗਾਰਡ, ਪਾਣੀ ਕਾ ਡਾਕਟਰ। ਸਪਾਈਸ ਪਾਰਟਨਰ ਨੇ ਮਹਿਕ ਮਸਾਲੇ, ਸੁਗੰਧ ਔਰ ਸਵਾਦ ਵਾਲੇ ਮਸਾਲੇ, ਮਹਿਕ ਮਸਾਲੇ। ਐਂਡ ਸਨੈਕਸ ਪਾਰਟਨਰ ਮੈਕੇਨ ਫੂਡ ਸਮੈਲੀ, ਟੇਸਟ ਕਾ ਨਯਾ ਮੈਜਿਕ। ਹੁਣ ਦਿਓ ਜੀ ਫਿਰ ਮੈਨੂੰ ਇਜਾਜ਼ਤ। ਦੇਖਦੇ ਰਹੋ PTC ਪੰਜਾਬੀ। ਤੇ ਜਾਂਦੇ ਜਾਂਦੇ ਆਪਾਂ ਸਾਰੇ ਜਾਣੇ ਕਵਾਂਗੇ ਜੀ, PTC ਪੰਜਾਬੀ ਪ੍ਰੈਜ਼ੈਂਟਸ ਪੰਜਾਬ ਦੇ ਸੁਪਰ ਸ਼ੈਫ। ਅੱਜ ਮੈਂ ਸ਼ੈਫ ਹਰਪਾਲ ਜੀ ਨਾਲ ਦੋ ਰੈਸਿਪੀ ਸ਼ੇਅਰ ਕੀਤੀਆਂ। ਪਹਿਲੀ ਰੈਸਿਪੀ ਕ੍ਰਿਸਪੀ ਕ੍ਰੀਮੀ ਕਰੋਕੇਟਸ ਬਣਾਈ, ਜੋ ਕਿ ਉਹਨਾਂ ਨੇ ਵਿੱਚ ਥੋੜ੍ਹੀਆਂ ਥੋੜ੍ਹੀਆਂ ਬਹੁਤ ਇੰਪੋਰਟੈਂਟ ਟਿਪਸ ਦਿੱਤੀਆਂ ਜੋ ਮੈਨੂੰ ਬਹੁਤ ਅੱਛੀਆਂ ਲੱਗੀਆਂ। ਮੈਂ ਆਪਣੀ ਦੂਸਰੀ ਰੈਸਿਪੀ ਬਣਾਈ ਮਿਕਸ ਵੈਜੀਟੇਰੀਅਨ, ਜਿਹਦੇ ਵਿੱਚ ਮੈਂ ਜਦੋਂ ਬਣਾ ਰਹੀ ਸੀ ਉਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਟੇਸਟ ਤੁਸੀਂ ਕਰੋ ਸੋਲਟ ਥੋੜ੍ਹਾ ਜਿਹਾ, ਅਤੇ ਉਹਨਾਂ ਨੇ ਜਦੋਂ ਟੇਸਟ ਕੀਤਾ ਤਾਂ ਉਹਨਾਂ ਨੇ ਕੋਈ ਰਿਸਪੋਂਸ ਨਹੀਂ ਦਿੱਤਾ, ਅਤੇ ਮੇਰੀ ਦਿਲ ਦੀ ਧੜਕਣ ਇੰਨੀ ਜ਼ਿਆਦਾ ਵੱਧ ਗਈ ਕਿ ਮੈਂ ਸੋਚਦੀ ਪਈ ਸੀ ਪਤਾ ਨਹੀਂ ਸਰ ਮੇਰੀ ਡਿਸ਼ ਨੂੰ ਪਾਸ ਕਰਦੇ ਆ ਜਾਂ ਨਹੀਂ। ਪਰ ਫਾਈਨਲੀ ਉਹਨਾਂ ਨੇ ਮੇਰੀ ਡਿਸ਼ ਨੂੰ ਬਹੁਤ ਅੱਛਾ ਰਿਸਪੋਂਸ ਦਿੱਤਾ ਕਿ ਮੈਨੂੰ ਬਹੁਤ ਵਧੀਆ ਲੱਗਾ ਕਿ ਉਹਨਾਂ ਨੇ ਮੇਰੀ ਡਿਸ਼ ਪਸੰਦ ਕੀਤੀ। ਮੈਂ PTC ਪੰਜਾਬੀ ਦਾ ਬਹੁਤ ਥੈਂਕਸ ਕਰਦੀ ਹਾਂ ਜੋ ਉਹਨਾਂ ਨੇ ਮੈਨੂੰ ਪੰਜਾਬ ਦੇ ਸੁਪਰ ਸ਼ੈਫ ਪ੍ਰੋਗਰਾਮ ਰਾਹੀਂ ਸ਼ੈਫ ਹਰਪਾਲ ਜੀ ਨਾਲ ਆਪਣੀ ਰੈਸਿਪੀ ਸ਼ੇਅਰ ਕਰਨ ਦਾ ਮੌਕਾ ਦਿੱਤਾ।